ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਰ ਸ਼ਾ ਟੀਵੀ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਸਵਾਗਤ ਕਰਦਾ ਹਾਂ ਪ੍ਰੋਗਰਾਮ ਪ੍ਰਾਈਮ ਪ੍ਰਵਾਸ ਗੱਲ ਤੇ ਹੱਲ ਨਵਜੋਤ ਸਿੰਘ ਕਾਲੇ ਸਾਹਿਬ ਨਾਲ ਹੁੰਦੇ ਨੇ ਤੇ ਅੱਜ ਇੱਕ ਅਹਿਮ ਤੇ ਵਿਸ਼ੇਸ਼ ਗੱਲ ਕਰਨੀ ਹੈ ਮੈਜੋਰਟੀ ਦੀ ਗੱਲ ਕਰਨੀ ਹੈ ਪੰਜਾਬ ਦੇ ਉਹਨਾਂ ਨੌਜਵਾਨਾਂ ਦੀ ਗੱਲ ਕਰਨੀ ਹੈ ਜਿਹੜੇ ਨੌਜਵਾਨਾਂ ਨੂੰ ਸ਼ਾਇਦ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਜਿਨ੍ਹਾਂ ਨੂੰ ਲੱਗਦਾ ਹੋਵੇ ਕਿ ਅਸੀਂ ਸ਼ਾਇਦ ਫੇਲ ਹੋ ਗਏ ਹਾਂ ਪਰ ਉਹ ਫੇਲ ਨਹੀਂ ਹੁੰਦੇ ਉਹਨਾਂ ਦੇ ਲਈ ਬਹੁਤ ਸਾਰੇ ਮੌਕੇ ਹੋਰ ਹੁੰਦੇ ਨੇ ਸੋ ਅੱਜ ਇਸ ਅਹਿਮ ਵਿਸ਼ੇ ਦੇ ਉੱਤੇ ਚਰਚਾ ਕਰਨੀ ਹੈ ਤੇ ਮੈਂ ਤੁਹਾਡੇ ਤੋਂ ਆ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਅੱਗੇ ਵਧਾਇਓ ਜ਼ਰੂਰ ਤੁਸੀਂ ਇਸ ਪ੍ਰੋਗਰਾਮ ਨੂੰ ਦੂਸਰਿਆਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਸ਼ਾਇਦ ਕਿਸੇ ਦੀ ਜ਼ਿੰਦਗੀ ਜਿਹੜੀ ਹੈ ਉਹ ਬਦਲ ਜਾਏ ਨਵਜੋਤਪਾ ਜੀ ਸਾਸੀਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਪ੍ਰਾਇਮੇਸ਼ਰ ਦੇਖਦੇ ਸਾਰੇ ਪਰਿਵਾਰੋਂ ਮੇਰੇ ਵੱਲੋਂ ਬਹੁਤ ਬਹੁਤ ਆਦਰ ਸਹਿਤ ਨਵਜੋਤਪਾ ਜੀ ਅੱਜ ਤੱਕ ਆਪਾਂ ਜਿੰਨੀਆਂ ਵੀ ਗੱਲਾਂ ਕੀਤੀਆਂ ਉਹਦੇ ਵਿੱਚੋਂ ਬਹੁ ਗਿਣਤੀ ਗੱਲਾਂ ਵਿਦੇਸ਼ ਜਾਣ ਵਾਲਿਆਂ ਲਈ ਹੁੰਦੀਆਂ ਕਿ ਜਿਹੜੇ ਪਹੁੰਚ ਗਏ ਉੱਥੇ ਕੀ ਕਰਨ ਕੋਰਸ ਕਿਹੜਾ ਲੈਣ ਉੱਥੇ ਰਹਿائش ਦੀ ਸਮੱਸਿਆ ਹੈ ਉੱਥੇ ਲੋਕਾਂ ਚ ਕਿਵੇਂ ਵਿਚਰਨਾ ਹੈ ਉਬੇਖ ਕਿਵੇਂ ਬਣਾਉਣਾ ਹੈ ਸਾਰਾ ਚੀਜ਼ਾਂ ਆਪਾਂ ਬਹੁਤ ਵਾਰੀ ਇੱਕ ਬੋਰੀ ਚ ਬੰਨ ਕੇ ਇਸ ਦਾ ਮੁਰਕੇ ਖਿਲਾੜ ਕੇ ਸਾਹਮਣੇ ਰੱਖ ਦੇ ਦਈਆਂ ਪਰ ਮੈਨੂੰ ਹੁਣ 2 ਮਹੀਨੇ ਤੇ 4 ਦਿਨ ਹੋ ਗਏ ਅੱਜ ਪੰਜਾਬ ਆਏ ਨੂੰ ਤੇ ਛੇਤੀ ਛੇਤੀ ਚੱਕਰ ਲੱਗ ਜਾਂਦਾ ਕਿਉਂਕਿ ਕੰਮ ਵਾਲੇ ਕਹਿੰਦੇ ਪ੍ਰਾਈਮਰੀ ਸ਼ੀਆ ਟੀਵੀ ਵਾਲੇ ਕਿ ਭਾਈ ਜਿੱਥੇ ਕਹਿੰਨੇ ਉੱਥੇ ਜਾ ਕੇ ਮੋਰਚੇ ਤੇ ਡਟਣਾ ਪੈਣਾ ਤੇ ਮੈਂ ਇਹਨਾਂ 2 ਮਹੀਨਿਆਂ ਚ ਵੇਖਿਆ ਕੀ ਹੈ ਕਿ ਹਰ ਇੱਕ ਆਲਸ ਕੇਂਦਰ ਦੇ ਮੋਰੇ ਬਹੁਤ ਵੱਡੀਆਂ ਕਤਾਰਾਂ ਨੇ ਰੌਣਕਾਂ ਪੂਰੀਆਂ ਲੱਗੀਆਂ ਪਈਆਂ ਜਦੋਂ ਪਿੰਡਾਂ ਦੇ ਵਿੱਚ ਵੀ ਜਾਂਦੇ ਆ ਤੇ ਲੋਕ ਇਹ ਹੀ ਦੱਸਦੇ ਆ ਕਿ ਇਹਨਾਂ ਦਾ ਮੁੰਡਾ ਜਾਂ ਕੁੜੀ ਤਾਂ ਬਾਹਰ ਚਲੇ ਗਿਆ। ਇਹਨਾਂ ਦੇ ਮੁੰਡੇ ਤੋਂ ਤੇ ਕੁੜੀ ਤੋਂ ਫਿਰ ਅੰਗਰੇਜ਼ੀ ਦਾ ਪੇਪਰ ਚਾਜਣਾ ਨਹੀਂ ਦੇ ਹੋਇਆ। ਜਾਂ ਫਿਰ ਇਹਦਾ ਵੀਜ਼ਾ ਰਿਫਿਊਜ਼ ਹੋ ਗਿਆ। ਤੇ ਜਿਹਨਾਂ ਦੇ ਵੀਜ਼ੇ ਰਿਫਿਊਜ਼ ਹੋ ਜਾਂਦੇ ਆ ਉਹ ਫਿਰ ਬਹੁਤ ਨਿਰਾਸ਼ਾ ਜੀ ਦੇ ਵਿੱਚ ਹੁੰਦੇ ਉਹਨਾਂ ਨੂੰ ਐਂ ਲੱਗਦਾ ਕਿ ਭਾਈ ਦਰਵਾਜ਼ੇ ਬੰਦ ਹੀ ਹੋ ਗਿਆ। ਸ਼ਾਇਦ ਜੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਸਾਡੇ ਕੋਲ ਸਟੱਡੀ ਬੇਸ ਦੇ ਉੱਤੇ ਨਹੀਂ ਅਪੜ ਹੋਇਆ ਤਾਂ ਸ਼ਾਇਦ ਅੱਗੇ ਹੈ ਨਹੀਂ ਕੁਝ ਵੀ। ਅੱਗੇ ਉਜਾੜ ਹੀ ਆ। ਬੰਦ ਰਸ਼ਾਜ ਪਰ ਜਾਂਦੇ ਆ ਕਈ ਤਾਂ ਬਹੁਤ ਗਲਤ ਸਟੈਪ ਲਾਈਨ ਤੱਕ ਜਾਂਦੇ ਆ ਕਈ ਠੀਕ ਵੀ ਹੁੰਦੇ ਆ ਪਰ ਅੱਜ ਆਪਾਂ ਜ਼ਰੂਰ ਚਾਹੁੰਦੇ ਆ ਕਿ ਪ੍ਰਾਈਮੇਰੀ ਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਅਹਿਮ ਪ੍ਰੋਗਰਾਮ ਦੇ ਵਿੱਚ ਇਹ ਜ਼ਰੂਰ ਦੱਸੀਏ ਕਿ ਕੀ ਵੀਜ਼ਾ ਰਿਫਿਊਜ਼ ਹੋਣ ਦਾ ਮਤਲਬ ਦਰਵਾਜ਼ੇ ਬੰਦ ਨੇ ਕੀ ਉਹ ਬੰਦੇ ਦੁਬਾਰਾ ਵਿਦੇਸ਼ ਨਹੀਂ ਜਾ ਸਕਦੇ ਕੀ ਉਹਨਾਂ ਦੇ ਪਾਸਪੋਰਟ ਦੇ ਉੱਤੇ ਜੇ ਮੋਹਰ ਲੱਗੀ ਜਿੱਦਾਂ ਕਹਿੰਦੇ ਮੋਹਰ ਲੱਗੀ ਜਿਉਂ ਦਿੱਤਾ ਮੋਹਰ ਲੱਗੀ ਦਾ ਮਤਲਬ ਬਿਲਕੁਲ ਹੀ ਫੁੱਲ ਸਟਾਪ ਹੈ ਜਾਂ ਜੇ ਉਹ ਵਿਦੇਸ਼ ਨਾ ਵੀ ਜਾਣ ਤਕੀ ਜਿੱਥੇ ਉਹ ਰਹਿੰਦੇ ਨੇ ਕਿ ਉੱਥੇ ਉਹ ਰੋਟੀ ਨਹੀਂ ਖਾ ਸਕਦੇ ਕਿ ਉੱਥੇ ਚਾਂਸਸ ਹੀ ਖਤਮ ਹੋ ਗਿਆ ਤਰੱਕੀ ਦੇ ਇਸ ਮੁੱਦੇ ਦੇ ਉੱਤੇ ਇੱਕ ਇੱਕ ਕਰਕੇ ਜਿੱਦਾਂ ਫੁੱਲ ਗੋਭੀ ਦੇ ਵਿੱਚੋਂ ਇੱਕ ਇੱਕ ਕਰਕੇ ਪਤਾ ਲਾਈਦਾ ਪੱਤੇ ਲਾਉਣ ਦੀ ਕੋਸ਼ਿਸ਼ ਕਰਿਓ ਭਾਜੀ ਪਹਿਲਾਂ ਤਾਂ ਜੇ ਤੁਸੀਂ ਇਜਾਜ਼ਤ ਦਿਓ ਤੁਸੀਂ ਬੜਾ ਸੋਹਣਾ ਮੈਨੂੰ ਐਗਜ਼ਾਮਪਲ ਆਪਾਂ ਆਪਣੇ ਆਪ ਤੋਂ ਸਟਾਰਟ ਕਰ ਲੈਣੇ ਆ ਜੇ ਤੁਸੀਂ ਦੱਸਣਾ ਚਾਹੋ ਮੈਂ ਤਾਂ ਖੁੱਲਕੇ ਦੱਸ ਜਣਾ ਹੁਣ ਅਗਲੇ 30 ਸਕਿੰਟਾਂ 'ਚ ਤੁਹਾਡੇ ਆਪਣੇ ਕਦੇ ਵੀਜ਼ਾ ਰਿਫਿਊਜ਼ ਹੋਇਆ ਕਿਸੇ ਮੁਲਕ ਦਾ ਹੋ ਜਾਂਦਾ ਕਈ ਵਾਰੀ ਹੋ ਜਾਂਦਾ ਦੋ ਤੋਂ ਵੱਧ ਵਾਰ ਹੋਇਆ ਹੋਊਗਾ ਠੀਕ ਹੈ ਜੇ ਤੁਸੀਂ ਜਰਨਲਿਸਟ ਨਾ ਹੁੰਦੇ ਕੀ ਤੁਸੀਂ ਕੈਨੇਡਾ ਪਹੁੰਚ ਜਾਂਦੇ ਮੁਸ਼ਕਲ ਸੀ ਜਰਨਲਿਸਟ ਬਣਨ ਤੋਂ ਪਹਿਲਾਂ ਸ਼ਾਇਦ ਤੁਹਾਡੇ ਵੀਜ਼ਾ ਰਿਫਿਊਜ਼ ਹੋਏ ਜੇ ਮੈਂ ਆਪਣੀ ਗੱਲ ਕਰਾਂ ਮੈਂ ਡਿਗਰੀ ਕਰਦਾ ਸੀ 911 ਹੋ ਗਿਆ ਅਮਰੀਕਾ ਦੀਆਂ ਦੋ ਯੂਨੀਵਰਸਿਟੀਆਂ 'ਚ ਮੇਰੀ ਐਡਮਿਸ਼ਨ ਸੀਗੀ ਮੇਰੇ ਦੋ ਵਾਰੀ ਵੀਜ਼ਾ ਰਿਫਿਊਜ਼ ਹੋਇਆ ਅਮਰੀਕਾ ਦਾ ਸਟੂਡੈਂਟ ਵੀਜ਼ਾ ਇੱਕ ਵਾਰ ਵੀਜ਼ਾ ਰਿਫਿਊਜ਼ ਹੋਇਆ ਅਮਰੀਕਾ ਦਾ ਵਰਕ ਪਰਮਿਟ ਇੱਕ ਵਾਰ ਕੈਨੇਡਾ ਦਾ ਵੀ ਇਦਾਂ ਹੀ ਕੋਈ ਵਰਕ ਵੀਜ਼ੇ ਦੀ অপਸ਼ਨ ਆਈ ਸੀ ਐਜ਼ an ਇੰਜੀਨੀਅਰ ਉਹ ਵੀ ਰਿਫਿਊਜ਼ ਹੋ ਗਿਆ ਤੇ ਆਸਟ੍ਰੇਲੀਆ ਦਾ ਇੰਜੀਨੀਅਰ ਆਸਟ੍ਰੇਲੀਆ ਨੇ ਵੀ ਪਹਿਲਾਂ ਮੈਨੂੰ ਇੱਕ ਕਲਬ ਲੈਟਰ ਜਿਹਾ ਭੇਜਦਾ ਸੀ ਉਹ ਵੀ ਦੁਬਾਰਾ ਅਪਰੂਵ ਕੀਤਾ ਸੀ ਤੇ ਅੱਜ ਮੈਂ ਆਸਟ੍ਰੇਲੀਆ ਬੈਠਾ ਪਿਛਲੇ 15-20 ਸਾਲਾਂ ਤੋਂ ਠੀਕ ਠਾਕ ਕੰਮ ਵੀ ਚੱਲੀ ਜਾਂਦਾ ਜੇ ਮੈਂ ਵਾਟਸਐਪ ਮਿਊਸ ਹੋ ਕੇ ਬਹਿ ਜਾਂਦਾ ਜਾਂ ਤੁਸੀਂ ਮਿਊਸ ਹੋ ਕੇ ਬਹਿ ਜਾਂਦਾ ਆਪਣੀ ਜਿਹੜੇ ਆਪਣੇ ਟਾਰਗੇਟ ਸੀ ਛੋਟੇ-ਛੋਟੇ ਮੈਂ ਤਾਂ ਕਦੇ ਕਲੇਮ ਵੀ ਨਹੀਂ ਕਰਦਾ ਵੀ ਬਹੁਤ ਹੁਸ਼ਿਆਰ ਸੀ ਜਾਂ ਕੁਝ ਸੀ ਜਿਵੇਂ ਮਤਲਬ ਕੁੱਲ ਬਣਾ ਕੇ ਇਹ ਕਹਿ ਲੋ ਵੀ ਜੇ ਮੈਂ ਇੰਜੀਨੀਅਰ ਨਾ ਹੁੰਦਾ ਤਾਂ ਅੱਜ ਮੈਂ ਆ ਕੁਝ ਕਰ ਨਹੀਂ ਸੀ ਸਕਦਾ ਜੋ ਪਿਛਲੇ 15-20 ਸਾਲਾਂ ਚ ਕੀਤਾ ਹੁਣ ਗੱਲ ਆਪਾਂ ਇੱਥੋਂ ਹੀ ਸਟਾਰਟ ਕਰ ਲੈਂਦੇ ਆ ਜੇ ਤੁਹਾਡਾ 12ਵੀਂ ਤੋਂ ਬਾਅਦ ਕਿਸੇ ਮੁਲਕ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਤੁਹਾਡੇ ਸਾਰੇ ਦਰਵਾਜ਼ੇ ਬੰਦ ਹੋ ਗਏ ਤੇ ਇਹ ਮਤਲਬ ਹਰਗੇ ਜੇ ਨਹੀਂ ਹੈਗਾ ਵੀ ਤੁਸੀਂ ਬਾਹਰ ਆ ਕੇ ਚੰਗੇ ਇਨਸਾਨ ਬਣ ਸਕਦੇ ਸੀ ਜਾਂ ਬਾਹਰ ਆ ਕੇ ਤੁਸੀਂ ਪੈਸੇ ਵੱਲੋਂ ਸੌਕੇ ਹੋ ਸਕਦੇ ਸੀ ਜੇ ਤੁਸੀਂ 12ਵੀਂ ਤੋਂ ਬਾਅਦ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ ਉਹਨੂੰ ਇੱਕ ਝਟਕਾ ਮੰਨ ਲਿਓ ਜਿੰਨਾਂ ਨੂੰ ਝਟਕੇ ਨਹੀਂ ਲੱਗਦੇ ਇਹ ਕਲੀਅਰ ਆ ਉਹਨਾਂ ਨੂੰ ਕਦੇ ਸਫਲਤਾ ਨਹੀਂ ਮਿਲਦੀ ਤੇ ਇਹ ਵੀ ਸੱਚ ਆ ਮਾੜੇ ਹਾਲਾਤਾਂ ਦੇ ਵਿੱਚ ਜਿਨ੍ਹਾਂ ਨੇ ਰਹਿਣਾ ਸਿੱਖ ਲਿਆ ਕਾਮਯਾਬ ਉਹੀ ਹੁੰਦੇ ਨੇ ਜੇ ਭਾਰਤ ਦੇਸ਼ ਗﻼਮ ਨਾ ਹੁੰਦਾ ਨਾ ਤਾਂ ਕਿਸੇ ਨੇ ਭਗਤ ਸਿੰਘ ਨੂੰ ਯਾਦ ਕਰਨਾ ਸੀ ਨਾ ਸਰابہ ਹੋਣਾ ਸੀ ਉਹ ਬਾੜੇ ਹਾਲਾਤ ਸੀ ਉਹ ਤਾਂ ਹੀ ਇੱੱਚੀ ਹੈ ਠੀਕ ਆ ਹੁਣ ਬਾਟਸਾਬ ਪ੍ਰੋਬਲਮ ਥੋੜੀ ਜੀ ਨਾ ਜੇ ਆਪਾਂ ਧਰਾਤਲ ਤੇ ਟੱਚ ਕਰੀਏ ਜਦੋਂ ਵੀ ਮੈਂ ਮਾਪਿਆਂ ਨਾਲ ਗੱਲ ਕਰਦਾ ਜਿਹੜੀ ਜ਼ਿਆਦਾ ਪੁਛ ਦੀ ਲੋੜ ਆ ਊਰਜਾ ਦੀ ਲੋੜ ਆ ਜਿਹੜੀ ਸਮਝਣ ਦੀ ਲੋੜ ਆ ਜਦੋਂ 12ਵੀਂ ਕਰਦੇ ਆ 11ਵੀਂ 12ਵੀਂ ਜੁਆਕ ਕਰਦੇ ਆ ਤਾਂ ਉਹਨਾਂ ਦੇ ਮਾਪਿਆਂ ਨੂੰ ਕਈ ਵਾਰੀ ਪੇਰੈਂਟਸ ਕਹਿਣਗੇ ਵੀ ਆ ਮੇਰੇ ਬੱਚੇ ਦਾ ਨੰਬਰ ਆ ਉਹਦੇ ਨਾਲ ਗੱਲ ਕਰ ਲੈ ਤਾਂ ਮੈਂ ਉਹਨਾਂ ਨੂੰ ਕਹੂੰਗਾ ਵੀ ਮੈਂ ਗੱਲ ਜ਼ਰੂਰ ਕਰ ਲੂੰਗਾ ਤਾਂ ਜ਼ਰੂਰੀ ਇਹ ਹੈ ਵੀ ਉਸ ਕਾਲ ਦੇ ਵਿੱਚ ਤੁਸੀਂ ਵੀ ਹੋਣੇ ਚਾਹੀਦੇ ਜੀ ਤੇ 50% ਆਫ ਦਾ ਟਾਈਮ ਉਹ ਆਪ ਮਿਸਿੰਗ ਹੁੰਦੇ ਆ ਮੈਂ ਅਕਸਰ ਹੀ ਜੁਆਕਾਂ ਨੂੰ ਮਾਪਿਆਂ ਨੂੰ ਜੁਆਕਾਂ ਨੂੰ ਇਹ ਕਹਿੰਦੇ ਸੁਣਦਾ ਬੀਜੇ ਦੇ 95% ਨੰਬਰ ਆਏ ਨੇ ਠੀਕ ਆ ਉਹਨਾਂ ਨੂੰ ਮੁਕਾਬਲੇ ਦੇ ਵਿੱਚ ਇੰਨਾ ਲਜਾ ਦਿੰਦੇ ਆ ਉਹਦੀ ਕਲਾਸ ਦੇ ਵਿੱਚ ਇੱਕ ਦੇ 96 97% ਆਏ ਹੁੰਦੇ ਆ ਆਉਣ ਸਾਰੀ ਉਹਨਾਂ ਨੂੰ ਗਾਲਾਂ ਦੇਣੀਆਂ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਪ੍ਰੋਬਲਮ ਆ ਇਹ ਨਹੀਂ ਹੋ ਜਾਂਦੀਆਂ ਵੀ ਉਹ 5% ਘੱਟ ਕਿਉਂ ਗਏ ਠੀਕ ਆ ਇਸ ਕਰਕੇ ਉਹਨਾਂ ਨੂੰ ਮੈਂ ਮਾਪਿਆਂ ਨੂੰ ਕਹਿਣਾ ਚਾਹੁੰਨਾ ਆਪਣੇ ਬੱਚਿਆਂ ਨੂੰ ਨਾ ਇੰਨਾ ਮੁਕਾਬਲੇ ਦੇ ਵਿੱਚ ਨਾ ਧੱਕੋ ਜੇ ਤੁਹਾਡੇ ਗਵਾਂਡੀਆਂ ਦਾ ਮੁੰਡਾ ਚੱਲਿਆ ਗਿਆ ਤਾਂ ਉਹਨੂੰ ਗਾਲਾਂ ਦੇ ਜਦੋਂ ਥੋੜੇ ਜੇ ਨੰਬਰ ਘੱਟ ਆ ਗਏ ਉਹਨੂੰ ਮਿਊਜ਼ ਨਾ ਕਰੋ ਬਹੁਤ ਬਾਰੀ ਬੱਚੇ ਸਾਨੂੰ ਇਹ ਮੈਨੂੰ ਆ ਕੇ ਅਕਸਰੇ ਕਹਿੰਦੇ ਹੁੰਦੇ ਆ ਵੀ ਮੇਰੇ ਪੇਰੈਂਟਸ ਮੈਨੂੰ ਬਹੁਤ ਤੰਗ ਕਰਦੇ ਆ ਜਾਂ ਮੇਰੇ ਪੇਰੈਂਟਸ ਮੈਨੂੰ ਆ ਪੜ੍ਹਾਈ ਕਰਨ ਲਈ ਕਹਿੰਦੇ ਮੇਰਾ ਇਧਰ ਕੋਈ ਇੰਟਰਸਟ ਨਹੀਂ ਹੈਗਾ ਮੈਂ ਇਹ ਗੱਲ ਉਹਨਾਂ ਮਾਪਿਆਂ ਨੂੰ ਦੱਸ ਦੇਣੀ ਚਾਹੁੰਦਾ ਜੇ ਤੁਹਾਡੇ ਬੱਚੇ ਇਸ ਤਰ੍ਹਾਂ ਮੁਕਾਬਲੇ ਦੇ ਵਿੱਚ ਆ ਕੇ 98 99% ਨੰਬਰ ਲੈ ਕੇ ਜ਼ਿੰਦਗੀ ਦੇ ਵਿੱਚ ਕੋਈ ਨੌਕਰੀ ਲੈ ਵੀ ਲੈਣਗੇ ਕਰੋੜ ਦੋ ਕਰੋੜ ਸਾਲ ਦਾ ਕਮਾਉਣ ਵੀ ਲੱਗ ਜਾਣਗੇ ਅੱਜ ਤੋਂ ਦਸ ਸਾਲਾਂ ਨੂੰ ਇੱਕ ਗੱਲ ਦਿਮਾਗ 'ਚ ਰੱਖ ਲਿਓ ਉਹ ਖੁਸ਼ ਇਨਸਾਨ ਕਦੇ ਨਹੀਂ ਬਣ ਸਕਦੇ ਉਹਨਾਂ ਨੂੰ ਤੁਸੀਂ ਖੁਸ਼ ਰਹਿਣਾ ਭੁਲਾ ਰਹੇ ਜੀ ਜਿਹੜਾ ਹੈਲਦੀ ਕੰਪੀਟੀਸ਼ਨ ਆ ਉਹ ਹੋਣਾ ਚਾਹੀਦਾ ਜੇ ਤੁਹਾਡੇ ਬੱਚਾ ਐਵਰੇਜ ਆ ਕੋਈ ਦਿੱਕਤ ਨਹੀਂ ਹੈਗੀ ਜੇ ਉਹਦੇ ਨਾਲ ਦਾ ਕੋਈ ਦੋਸਤ ਹੁਸ਼ਿਆਰ ਆ ਉਹਦੇ ਦੋਸਤ ਨੂੰ ਵੀ ਹੌਸਲਾ ਦਿਓ ਆਪਣੇ ਬੱਚੇ ਨੂੰ ਵੀ ਹੌਸਲਾ ਦਿਓ ਕਦੇ ਉਹਨਾਂ ਨੂੰ ਹੀਣ ਭਾਵਨਾ ਦੇ ਵਿੱਚ ਜਾਣ ਨਾ ਦਿਓ ਹੁਣ ਦੂਜੀ ਗੱਲ 12ਵੀਂ ਤੋਂ ਬਾਅਦ ਮਨ ਲੋਕਾਂ ਦੇ ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਗਿਆ। ਜ਼ਿਆਦਾਤਰ ਬੱਚੇ 12ਵੀਂ ਕਰਦੇ ਆ ਮਈ-ਜੂਨ ਦੇ ਵਿੱਚ ਪੇਪਰ ਹੁੰਦੇ ਆ ਫਿਰ ਆਇਲਟਸ ਪੀਟੀ ਦਾ ਰਿਜ਼ਲਟ ਲੈ ਕੇ ਉਹ ਸਾਰਾ ਸਾਲ ਵੀਜ਼ੇ-ਬੂਜ਼ੇ ਦੇ ਚੱਕਰਾਂ 'ਚ ਫਿਰਦੇ ਰਹਿੰਦੇ ਆ। ਨਵੰਬਰ-ਦਸੰਬਰ ਜਾਂ ਅਗਲੀ ਜਨਵਰੀ-ਫਰਵਰੀ ਦੇ ਵਿੱਚ ਆ ਕੇ ਬਹੁਤ ਸਾਰੇ ਬੱਚੇ ਇਦਾਂ ਦੇ ਹੋ ਜਾਂਦੇ ਇਹਨਾਂ ਦਾ ਵੀਜ਼ਾ ਆਸਟ੍ਰੇਲੀਆ ਦਾ ਰਿਫਿਊਜ਼ ਹੋ ਜਾਂਦਾ ਤੇ ਅੱਜਕੱਲ੍ਹ ਦੇ ਹਾਲਾਤ ਇਹ ਨੇ ਜਦੋਂ ਇੱਕ ਵਾਰੀ ਆਸਟ੍ਰੇਲੀਆ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਦੁਬਾਰਾ ਨਹੀਂ ਲੱਗਦਾ। ਕੈਨੇਡਾ ਦਾ ਇੱਕ ਦੋ ਵਾਰੀ ਰਿਫਿਊਜ਼ ਹੋ ਗਿਆ। ਤੁਸੀਂ ਸਿਰ ਸੱਟ ਕੇ ਬੈਠੇ ਹੋ। ਇਹ ਓਕਾ ਹੀ ਨਹੀਂ ਕਰਨਾ। ਜੇ ਤੁਹਾਡੇ 75 80 85% ਨੰਬਰ ਆਏ ਨੇ। ਸਾਢੇ 6 ਬੈਂਡ ਆਮ ਔਨ ਅ ਐਵਰੇਜ ਹਰੇਕ 12ਵੀਂ ਅੜਾ ਜਵਾਬ ਲੈ ਲੈਂਦਾ। ਤੁਸੀਂ ਯਾਰ ਆਪਦੇ ਆਪ ਨੂੰ ਡਿਸਕਾਰਡ ਕਰਕੇ ਸਿੱਟ ਦਿੰਦੇ ਹੋ ਕਿ ਸਾਡੇ ਪੱਲੇ ਹੀ ਕੱਖ ਨਹੀਂ ਹੈ। ਉਸ ਤੋਂ ਬਾਅਦ ਐਕਸਪਲੋਰ ਕਰਨਾ ਸ਼ੁਰੂ ਕਰ ਦੋ ਕਿ ਚਲੋ ਸਾਡਾ ਪੁਰਾਣਾ ਰਾਹ ਬੰਦ ਹੋ ਗਿਆ। ਇੱਕ ਗੱਲ ਹੀ ਹਮੇਸ਼ਾ ਤਿਆਰ ਰਹੋ। ਠੀਕ ਆ ਆਪਾਂ ਕਦੇ ਮਸ਼ੀਨ ਨਹੀਂ ਬਣਨਾ ਹੈ ਜੀ ਇਹ ਕੰਮ ਨਹੀਂ ਹੋਇਆ ਮਸ਼ੀਨ ਫੇਲ ਹੈ ਉਹਨੂੰ ਡਿਸਕਾਰਡ ਕਰਕੇ ਪਰੇ ਜਾਣ ਤੋਂ ਹਰ ਇਨਸਾਨ ਸਭ ਕੁਝ ਨਹੀਂ ਕਰ ਸਕਦਾ ਪਰ ਰੇਕ ਇਨਸਾਨ ਕੁਝ ਨਾ ਕੁਝ ਜ਼ਰੂਰ ਕਰ ਸਕਦਾ ਇਸ ਕਰਕੇ ਚਾਹੇ ਤੁਸੀਂ ਕਿਸੇ ਐਂਟ੍ਰਾਂਸ ਐਗਜ਼ਾਮ ਦੀ ਤਿਆਰੀ ਕਰਦੇ ਹੋ ਚਾਹੇ ਬਾਹਰ ਵਾਲੇ ਕਾਗਜ਼ ਪੱਤਰਾਂ ਦੀ ਤਿਆਰੀ ਕਰਨ ਲੱਗੇ ਹੋ ਇਹ ਗੱਲ ਦਿਮਾਗ 'ਚ ਰੱਖ ਕੇ ਰੱਖੋ ਹਮੇਸ਼ਾ ਇਹ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਦਿਨ ਦੇ ਵਿੱਚ 10 ਵਾਰੀ ਆਉਣੀ ਚਾਹੀਦੀ ਆ ਵੀ ਜੋਰ ਪੂਰਾ ਲਾਵਾਂਗੇ ਜੇ ਨਾ ਬਣਿਆ ਤਾਂ ਕੁਝ ਹੋਰ ਜੀ ਹੁਣ ਜਿਹੜੇ ਜਵਾਕਾਂ ਦਾ 12ਵੀਂ ਤੋਂ ਬਾਅਦ ਸਾਲ ਖਰਾਬ ਹੋ ਉਸ ਤੋਂ ਬਾਅਦ ਇਹ ਐਕਸਪਲੋਰ ਕਰਨਾ ਸ਼ੁਰੂ ਕਰ ਦੋ ਵੀ ਭਾਰਤ ਦੇ ਵਿੱਚ ਕਿਹੜੇ ਕੋਰਸ ਚੰਗੇ ਨੇ ਉਹ ਕੋਰਸਾਂ ਦੇ ਵਿੱਚ ਕਿਹੜੇ ਦੇ ਵਿੱਚ ਮੈਨੂੰ ਇੰਟਰਸਟ ਆ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਲੈ ਕੇ ਦੱਸ ਦਿੰਦਾ ਫੋਰ ਐਗਜ਼ਾਮਪਲ ਜ਼ਿਆਦਾਤਰ ਬੱਚੇ ਮੈਡੀਕਲ ਨਾਨ ਮੈਡੀਕਲ ਲੜਾਉਂਦੇ ਆ ਪਾਪਾ ਸਾਹਿਬ ਜਾਂ ਕਮਰਸ ਵਾਲੇ ਵੀ ਹੁੰਦੇ ਆ ਠੀਕ ਆ ਅੱਜ ਕੱਲ ਫਿਰ ਤੁਸੀਂ ਆਪਣੇ ਫੀਲਡ ਦੇ ਵਿੱਚ ਪੰਜ ਚੀਜ਼ਾਂ ਸ਼ਾਰਟਲਿਸਟ ਕਰਨੀਆਂ ਜਿਹੜੀਆਂ ਤੁਹਾਨੂੰ ਇੰਟਰਸਟ ਦੀਆਂ ਨੇ ਫੋਰ ਐਗਜ਼ਾਮਪਲ ਤੁਸੀਂ ਡਾਟਾ ਸਾਇੰਸ ਪੜ੍ਹਨੀ ਆ ਆਉਣ ਵਾਲਾ ਜਿਹੜਾ ਯੁੱਗ ਆ ਉਹ ਡਾਟਾ ਸਾਇੰਸ ਦਾ ਦੁਨੀਆ ਡਾਟਿਆਂ ਦੇ ਮਗਰ ਪਾਗਲ ਹੋਈ ਪਈ ਆ ਉਹ ਕੋਰਸ ਚਾਹੇ ਤੁਸੀਂ ਬੀ ਟੈਕ ਕਰਨੀ ਆ ਚਾਹੇ ਬੈਚਲੋਰ ਆਫ ਸਾਇੰਸ ਇਨ ਕੰਪਿਊਟਰ ਸਾਇੰਸ ਕਰਨੀ ਆ ਚਾਹੇ ਨਾਰਮਲ ਬੀਏ ਦੇ ਨਾਲ ਸਟੈਟਿਸਟਿਕਸ ਲੈ ਕੇ ਪੜਨਾ ਅਕਾਊਂਟਸ ਲੈ ਕੇ ਪੜਨਾ ਮੈਥਮੈਟਿਕਸ ਲੈ ਕੇ ਪੜਨਾ ਇਹਦੇ ਵਿੱਚ ਮੈਂ ਜਾਂਦਾ ਨਹੀਂ ਇਹ ਤੁਹਾਡਾ ਟਰਸਟ ਹੈ ਪਰ ਫਰਕ ਇਹ ਪੈਂਦਾ ਉਹ ਜਿਹੜੀ ਡਿਗਰੀ ਆ ਉਹ ਕਰਨੀ ਕਿਹੜੇ ਇੰਸਟੀਚਿਊਟ ਤੋਂ ਆ ਇਹ ਨਾ ਹੋਵੇ ਤੁਸੀਂ ਇੱਕ ਸਾਲ ਬਾਅਦ ਲੋ ਤੁਹਾਨੂੰ ਨਵੰਬਰ ਦਸੰਬਰ ਦੇ ਵਿੱਚ ਪਤਾ ਲੱਗਿਆ ਜਾ ਕੇ ਵੀ ਹੁਣ ਆਪਣਾ ਬਾਹਰ ਵਾਲਾ ਵੀਜ਼ਾ ਤਰਫੀਲ ਹੋ ਗਿਆ ਹੁਣ ਆਪਾਂ ਇੱਥੇ ਕੁਝ ਕਰ ਮਤਲਬ ਕਿ ਇੱਥੇ ਡਿਗਰੀ ਕਰਨੀ ਹੈ ਫਿਰ ਜਿਹੜੇ ਚਾਜ ਦੇ ਕੋਰਸ ਨੇ ਨਾ WhatsApp ਚਾਹੇ ਉਹ ਬੈਚਲੋਰ ਆਫ ਨਰਸਿੰਗ ਆ ਚਾਹੇ ਉਹ BDS ਆ ਚਾਹੇ ਸ਼ਰੀ ਨਾਮ ਕਾਲਜ ਆਫ ਕਮਰਸ ਆ ਜਿਹੜੇ ਕਮਰਸ ਵਾਲੇ ਜਵਾਕ ਨੇ ਠੀਕ ਹੈ ਇਹਨਾਂ ਸਾਰੇ ਕੋਰਸਸ ਦੇ ਵਿੱਚ ਕੰਪੀਟੀਸ਼ਨ ਹੈਗਾ ਤੁਹਾਨੂੰ ਐਂਟਰਸ ਐਗਜ਼ਾਮ ਦੇਣੇ ਪੈਣਗੇ ਫਿਰ ਮੈਂ ਉਹਨਾਂ ਸਾਰੇ ਬੱਚਿਆਂ ਨੂੰ ਇਹ ਕਹੂੰਗਾ ਵੀ ਫਿਰ ਦੁਬਾਰਾ 11ਵੀਂ 12ਵੀਂ ਆਣੀਆਂ ਕਿਤਾਬਾਂ ਚੱਕ ਲੋ ਜਿਹੜਾ ਤੁਹਾਡਾ ਇੰਟਰਸਟ ਆ ਭਾਰਤ ਦੇ ਵਿੱਚ ਜਿਹੜੇ ਉੱਚ ਕੋਟੀ ਦੇ ਇੰਸਟੀਚਿਊਟ ਨੇ ਪਹਿਲੇ 20 25 ਸ਼ਾਰਟਲਿਸਟ ਕਰ ਲਓ ਉਹਨਾਂ ਦੇ ਸਟੈਪ ਬਣਾ ਕੇ ਰੱਖ ਲਓ ਵੀ ਇਹਨਾਂ ਦੇ ਵਿੱਚ ਐਡਮਿਸ਼ਨ ਕਿੱਦਾਂ ਹੁੰਦੀ ਹੈ ਹੁਣ ਜਦੋਂ ਤੁਸੀਂ ਉਹ ਜੇ ਇੰਸਟੀਚਿਊਟ ਦੇ ਵਿੱਚ ਜਾਣਾ ਜਿੱਥੇ ਐਂਟ੍ਰੈਂਸ ਨਾਲ ਐਡਮਿਸ਼ਨ ਹੁੰਦੀ ਹੈ ਇਹ ਜ਼ਿਆਦਾਤਰ ਪੰਜਾਬ ਤੋਂ ਬਾਹਰ ਦੀਆਂ ਗੱਲਾਂ ਨੇ ਹੁਣ ਜਦੋਂ ਤੁਸੀਂ ਉਹ ਜੇ ਇੰਸਟੀਚਿਊਟ ਦੇ ਵਿੱਚ ਜਾਣਾ ਜਿੱਥੇ ਐਂਟ੍ਰੈਂਸ ਨਾਲ ਐਡਮਿਸ਼ਨ ਹੁੰਦੀ ਹੈ ਇਹ ਜ਼ਿਆਦਾਤਰ ਪੰਜਾਬ ਤੋਂ ਬਹਰ ਦੀਆਂ ਗੱਲਾਂ ਨੇ ਤੁਹਾਨੂੰ ਆਪਣੇ ਸੂਬੇ ਦੇ ਵਿੱਚੋਂ ਬਾਹਰ ਨਿਕਲਣਾ ਪੈਣਾ ਜੇ ਇੰਜੀਨੀਅਰਿੰਗ ਦੀ ਗੱਲ ਕਰਾਂ ਥਾਪ ਰੇ ਇੰਜੀਨੀਅਰਿੰਗ ਕਾਲਜ ਨੂੰ ਛੱਡ ਦੋ ਇੱਕ ਦੋ ਇੰਜੀਨੀਅਰਿੰਗ ਕਾਲਜ ਹੋਰ ਪੰਜਾਬ 'ਚ ਹੋਣਗੇ ਜਿਹੜੇ ਕਾਲਜੋਂ ਮੈਂ ਵੀ ਡਿਗਰੀ ਕੀਤੀ ਹੈ ਅੱਜਕੱਲ ਉਹਦਾ ਵੀ ਲੈਵਲ ਬੜਾ ਫੰਦੀ ਹੈ ਇਸ ਕਰਕੇ ਤੁਹਾਡਾ ਟਾਰਗੇਟ ਉੱਪਰ ਹੋਣਾ ਚਾਹੀਦਾ ਅੱਜਕੱਲ ਇਹ ਗੁੱਡ ਥਿੰਗ ਆ ਜਿਆਦਾਤਰ ਸੋਣੇ ਜਦੋਂ ਬਾਹਰ ਜਾਂਦੇ ਆ ਉੱਥੇ ਕੰਪੀਟੀਸ਼ਨ ਥੋੜਾ ਘਟਿਆ ਬਿਨਾਂ ਫੇਰ ਪੰਜਾਬ ਜੀ ਇੰਜੀਨੀਅਰਿੰਗ ਕਾਲਜ ਜਾਂ ਚੰਡੀਗੜ੍ਹ ਜੈ ਯੂਨੀਵਰਸਿਟੀ ਆਫ ਦਿੱਲੀ ਦਿੱਲੀ ਯੂਨੀਵਰਸਿਟੀ ਆ ਜਦੋਂ ਤੁਸੀਂ ਡ੍ਰੌਪ ਹੀ ਕਰ ਲਿਆ ਤੁਹਾਨੂੰ 6 ਮਹੀਨੇ ਮਿਲ ਗਏ ਤੁਸੀਂ ਤਿਆਰੀਆਂ ਕਰਨੀਆਂ ਸ਼ੁਰੂ ਕਰਦੇ ਆਪਣੇ ਫੀਲਡ ਦੀ ਉਹ ਡਿਗਰੀ ਨੇ ਤੁਹਾਨੂੰ ਬਾਲਾ ਕੁਛ ਪੜ੍ਹਾਈ ਵਾਲੇ ਮਸਲੇ 'ਚ ਨਹੀਂ ਸਿਖਾਉਣਾ ਉੱਥੇ ਡਿਬੇਟ ਦੇ ਕੰਪੀਟੀਸ਼ਨ ਹੁੰਦੇ ਆ ਉੱਥੇ ਭੰਗੜੇ ਦੇ ਕੰਪੀਟੀਸ਼ਨ ਹੁੰਦੇ ਆ ਉੱਥੇ ਤੁਸੀਂ ਸਪੋਰਟਸ 'ਚ ਪਾਰਟਿਸਿਪੇਟ ਕਰੋਗੇ ਹੌਸਟਲ 'ਚ ਰਹਿ ਕੇ ਤੁਹਾਨੂੰ ਸਭ ਤੋਂ ਵੱਡੀ ਚੀਜ਼ ਛੋਟੇ-ਛੋਟੇ ਫਾਈਨਾਂਸ ਤੁਹਾਨੂੰ ਮੈਨੇਜ ਕਰਨੇ ਆ ਜਾਂਦੇ ਜਦੋਂ ਤੁਹਾਡਾ ਤੀਜਾ ਚੌਥਾ ਸਾਲ ਆਉਂਦਾ ਨਾ ਫਿਰ ਜਿਹੜੇ ਵੱਡੇ ਕਾਲਜ ਨੇ ਉੱਥੇ ਪਲੇਸਮੈਂਟ ਵਾਲੀਆਂ ਕੰਪਨੀਆਂ ਆਉਣੀ ਆ ਸਟਾਰਟ ਹੋ ਜਾਂਦੀਆਂ ਤੁਹਾਨੂੰ ਜਿਨ੍ਹਾਂ ਨੇ ਨੌਕਰੀ ਦੇਣੀ ਆ ਉਹ ਨੌਕਰੀ ਚਾਹੇ 20-25000 ਦੀ ਹੋਵੇ ਫਿਰ ਤੁਸੀਂ ਉਹਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਨੇ ਹੋ ਜਦੋਂ ਤੁਸੀਂ ਡਿਗਰੀਆਂ ਕਰਕੇ ਭਾਰਤ ਦੇ ਵਿੱਚ ਨੌਕਰੀ ਕਰਨ ਲੱਗ ਗਏ ਠੀਕ ਆ ਭਾਰਤ ਦਾ ਮਤਲਬ ਮੇਰਾ ਪੂਰਾ ਭਾਰਤੀ ਆ ਕੱਲਾ ਪੰਜਾਬ ਨਾ ਸੋਚਿਆ ਕਰੋ ਕੰਫਰਟ ਜ਼ੋਨ ਤੋਂ ਤੁਹਾਨੂੰ ਬਾਹਰ ਨਿਕਲਣਾ ਪੈਣਾ ਜਦੋਂ ਤੁਸੀਂ ਉੱਥੇ ਐਕਸਪੀਰੀਅੰਸ ਗੇਨ ਕਰ ਲਿਆ ਪਰ ਜਿਹੜੇ ਆ ਮੁਲਕ ਨੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਇਹਨਾਂ ਦੇ ਦਰਵਾਜ਼ੇ ਵੀ ਤੁਹਾਡੇ ਲਈ ਤੁਹਾਡੀਆਂ ਕੰਪਨੀਆਂ ਨੇ ਹੀ ਖੋਲ ਦੇਣੇ ਆ ਠੀਕ ਹੈ ਇਸ ਕਰਕੇ ਦੂਜੀ ਚੀਜ਼ ਜਿਹੜੀ ਮੋਸਟ ਇੰਪੋਰਟੈਂਟ ਹੈ ਇਹ ਮਾਪਿਆਂ ਲਈ ਵੀ ਜ਼ਰੂਰੀ ਆ ਜਿਹੜੇ ਬੱਚੇ ਤਿਆਰੀ ਕਰਦੇ ਆ ਉਹਨਾਂ ਲਈ ਵੀ ਜ਼ਰੂਰੀ ਆ ਜਿਹੜੀ ਤੁਹਾਡੀ ਆਲੇ ਦੁਆਲੇ ਸੰਗਤ ਆ ਉਹਦੇ ਵਿੱਚ ਤਿੰਨ ਚਾਰ ਲੋਕ ਜਿਹੜੇ ਤੁਹਾਡੇ ਦੋਸਤ ਨੇ ਉਹ ਕਾਇਦੇ ਵਾਲੇ ਹੋਣੇ ਚਾਹੀਦੇ ਆ ਮਤਲਬ ਕਿ ਆਲੇ ਦੁਆਲੇ ਥੋੜੇ ਜਿਹਾ ਅਸੂਲੀ ਲੋਕ ਹੋਣੇ ਚਾਹੀਦੇ ਆ ਜਿਹੜੇ ਜ਼ਿਆਦਾਤਰ ਅਸਾਰੂ ਗੱਲਾਂ ਕਰਨ ਤੇ ਤੁਹਾਨੂੰ ਇਕੱਲਿਆਂ ਨੂੰ ਟਿਕਾ ਕੇ ਤੁਹਾਡੇ ਮੂੰਹ ਤੇ ਗੱਲ ਕਹਿਣ ਸਕਣ ਦਾ ਮਾਦਾ ਰੱਖੀ ਜੀ ਠੀਕ ਆ ਇਹ ਵੀ ਸੱਚ ਆ ਇਹਦੇ ਤੋਂ ਮੈਂ انکار ਹੀ ਨਹੀਂ ਹੁੰਦਾ ਜਿਹੜੇ ਯਾਰ ਦੋਸਤ ਹੁੰਦੇ ਆ ਥੋੜਾ ਬਹੁਤਾ ਜਦੋਂ ਦੂਜਾ ਕਾਮਯਾਬ ਹੁੰਦਾ ਅੰਦਰ ਥੋੜਾ ਜਿਹਾ ਉਹਨੂੰ ਆਪ ਦੇ ਆਪ ਨੂੰ ਲੱਗਦਾ ਜਿਹਨੂੰ ਜੈਲਸੀ ਫੈਕਟਰ ਆ ਪਰ ਉਹ ਬਹੁਤ ਥੋੜਾ ਹੁੰਦਾ ਇਹ ਇੱਕ ਹਿਊਮਨ ਨੇਚਰ ਆ ਪਰ ਉਹ ਕਦੇ ਵੀ ਤੁਹਾਡੇ ਰਾਜ ਨੇ ਜਿਹੜੇ ਉਹ ਤੁਹਾਡੇ ਮਾਪਿਆਂ ਨੂੰ ਨਹੀਂ ਦੱਸਦਾ ਤੁਸੀਂ ਉਹਦੇ ਰਾਜ ਉਹਦੇ ਮਾਪਿਆਂ ਨੂੰ ਨਹੀਂ ਦੱਸਦੇ ਪਰ ਇੱਕ ਅਸਾਰੂ ਲੋਕ ਤੁਹਾਡੇ ਆਲੇ ਦੁਆਲੇ ਤਿੰਨ ਚਾਰ ਹੋਣੇ ਚਾਹੀਦੇ ਆ ਐਦਾਂ ਨਾ ਹੋਵੇ 24 ਘੰਟੇ ਨੈਗੇਟਿਵ ਗੱਲਾਂ ਹੀ ਕਰਦੇ ਰਹਿਣ ਜੇ ਮੰਨ ਲਓ ਤੁਸੀਂ ਕੋਈ ਸ਼੍ਰੀ ਰਾਮ ਕਾਲਜ ਆਫ ਕਮਰਸ ਦਾ ਐਂਟਰੈਂਸ ਦੀ ਤਿਆਰੀ ਕਰਨ ਲੱਗ ਗਿਆ ਜਾਂ ਫਾਪਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਦਾਖਲਾ ਲੈਣਾ ਉਹਦੀ ਐਂਟਰੈਂਸ ਦੀ ਤਿਆਰੀ ਕਰਨ ਲੱਗ ਗਿਆ ਤੁਹਾਨੂੰ ਲੈ ਕੇ ਕਹਿ ਦਿੰਦੇ ਨੇ ਪੰਜਾਬ ਦੇ ਵਿੱਚ ਤਾਂ ਜਵਾਕ ਹੀ 50 ਜਾਂਦੇ ਆ ਯਾਰ ਉੱਥੇ ਪੰਜਾਬ ਦੇ ਵਿੱਚ ਤਾਂ ਜਵਾਕ ਹੀ 100 ਜਾਂਦੇ ਆ ਇਹਦੀਆਂ ਚੀਜ਼ਾਂ ਤੋਂ ਦੂਰ ਰਹਿਣਾ ਜਦੋਂ ਤੁਸੀਂ ਆਪਣੇ ਇੰਟਰਸਟ ਦੀਆਂ ਚੀਜ਼ਾਂ ਚੁਣ ਕੇ ਉਹਦੇ ਵੱਲ ਨੂੰ ਹੋਗੇ ਫਿਰ ਛੋਟੇ-ਛੋਟੇ ਸਟੈਪ ਛੋਟੇ-ਛੋਟੇ ਟਾਰਗੇਟ ਰੱਖਣੇ ਤੁਹਾਡਾ ਟਾਈਮ ਟੇਬਲ ਹੋਣਾ ਚਾਹੀਦਾ ਹਰ ਰੋਜ਼ 6 ਘੰਟੇ ਪੜ੍ਹ ਲਓ 4 ਘੰਟੇ ਤੋਂ ਸਟਾਰਟ ਕਰ ਲਓ 6 ਪੜ੍ਹ ਲਓ 8 ਤੱਕ ਚਲੇ ਜਾਓ 8 ਤੋਂ ਬਾਅਦ ਤਾਂ ਮੈਂ ਕਹਿੰਦਾ ਹੀ ਨਹੀਂ 8 ਘੰਟੇ ਸੌਣਾ 8 ਘੰਟੇ ਪੜ੍ਹਨਾ ਤੇ 8 ਘੰਟੇ ਜੱਕੜ ਮਾਰਨੇ ਵੀ ਜ਼ਰੂਰੀ ਆ ਹਰ ਰੋਜ਼ 30 ਤੋਂ 45 ਮਿੰਟ ਆ ਜਿਹੜੇ ਤਿੰਨ ਚਾਰ ਲੋਕਾ ਲੋਕ ਨੇ ਇਹਨਾਂ ਨਾਲ ਹਾਸਾ ਠੱਟਾ ਕਰਨਾ ਜ਼ਰੂਰ ਆਪਦੇ ਕੋਲੇ ਰੱਖੋ ਚਾਹੇ ਫੋਨ ਤੇ ਗੱਲ ਕਰੋ ਚਾਹੇ ਹਫ਼ਤੇ ਬਾਅਦ ਉਹਨਾਂ ਨੂੰ ਮਿਲ ਲਓ ਤਾਂ ਕਿ ਤੁਸੀਂ ਮੋਟੀਵੇਟਿਡ ਰਹੇ ਨਾ ਹੁਣ WhatsApp ਐ ਇੱਕ ਜਿਵੇਂ ਹੁਣ ਕਈ ਕੁੜੀਆਂ ਸਾਨੂੰ ਕਹਿ ਰਹਿੰਦੀਆਂ ਨੇ ਵੀ ਪਲੱਸ 2 ਮੈਡੀਕਲ ਕੀਤੀ ਐ ਜਿਸ ਦਾ ਬੈਚਲਰ ਆਫ ਹਨਰਸਿੰਗ 'ਚ ਐਡਮਿਸ਼ਨ ਵੀ ਹੋ ਗਈ ਸਾਡਾ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਡਰੀ ਕਾ ਤੇ ਜਾਣੇ ਪੰਜਾਬ ਦੇ ਵਿੱਚ ਚੈੱਕ ਕਰ ਲਓ ਪੀਜੀਆਈ ਤੋਂ ਕਰ ਲਓ ਡੀਐਮਸੀ ਤੋਂ ਕਰ ਲਓ ਗੁਰਰਾਮ ਦਾ ਇੰਸਟੀਚਿਊਟ ਤੋਂ ਕਰ ਲਓ ਦਿੱਲੀ ਜਾ ਕੇ ਕਰ ਲਓ ਬਚਲੋ ਨਰਸਿੰਗ ਇੰਡੀਆ ਤੋਂ ਕਰਕੇ ਵੀ ਤਾਂ ਬਾਹਰ ਆ ਕੇ ਟੈਸਟ ਦੇ ਕੇ ਤੁਸੀਂ ਦੁਬਾਰਾ ਲੱਗ ਸਕਦੇ ਹੋ ਇੱਥੇ ਕੱਲੇ ਸਟੂਡੈਂਟ ਹੀ ਨਹੀਂ ਹੁੰਦੇ ਇੱਥੇ ਪੱਕੇ ਤੌਰ ਤੇ ਬੱਚੇ ਵੀ ਇੱਥੇ ਆਉਂਦੇ ਆ ਤੇ ਬਹੁਤ ਸਾਰੇ ਐਦਾਂ ਦੇ ਬੱਚੇ ਵੀ ਹੈਗੇ ਨੇ ਜਿਹੜੇ ਭਾਰਤ ਦੇ ਵਿੱਚ ਰਹਿ ਕੇ ਵੀ 3-4 ਸਾਲ ਬਾਅਦ ਪੈਸਾ ਇੱਥੇ ਨਾਲੋਂ ਵੱਧ ਕਮਾ ਰਹੇ ਆ ਇਸ ਕਰਕੇ ਜਿਹੜਾ ਤੁਹਾਡਾ ਸਫਲਤਾ ਦਾ ਪੈਮਾਨਾ ਇਹ ਕੱਲਾ ਪੈਸਾ ਨਾ ਰੱਖੋ ਅੱਜ ਕੱਲ ਨਾ ਜਿਹੜੀ ਮੈਂ ਦੂਜੇ ਵਿਸ਼ੇ ਤੇ ਗੱਲ ਕਰਨ ਲੱਗਿਆ ਨਾ ਵਾਟਸੀ ਆ ਮੋਟੀਵੇਸ਼ਨਲ ਟਾਕਸ ਜੇ ਉਹ ਇਦਾਂ ਦੀ ਚੀਜ਼ਾਂ ਬੜੀਆਂ ਚੱਲਦੀਆਂ ਨੇ ਇਹਨਾਂ ਨੂੰ ਨਾ ਮੈਂ ਇੱਕ ਹੀਲੀਅਮ ਗੈਸ ਦੇ ਗੁਬਾਰੇ ਹੀ ਮੰਨਦਾ ਅੱਧਾ ਇੱਕ ਘੰਟਾ ਤੁਹਾਨੂੰ ਮੋਟੀਵੇਟ ਰੱਖ ਸਕਦੇ ਆ ਜੇ ਤੁਸੀਂ ਕਿਸੇ ਦੀਆਂ ਗੱਲਾਂ ਚੱਲ ਕੇ ਸੁਣੋਂਗੇ ਹਨ ਉਦੋਂ ਬਾਅਦ ਉਹ ਫਟ ਜਾਂਦੇ ਆ ਜੇ ਇੰਨਾ ਹੀ ਮੋਟੀਵੇਟਡ ਬੰਦਾ ਰਹਿੰਦਾ ਹੋਵੇ ਤਾਂ ਆਈਐਸ ਅਫਸਰ ਨੇ ਜਿਹੜੇ ਉਹ ਸੁਸਾਇਡ ਕਿਉਂ ਕਰੇ ਆਈਆਈਟੀ ਦੇ ਵਿੱਚ ਜਾ ਕੇ ਜਵਾਕ ਸੁਸਾਇਡ ਕਿਉਂ ਕਰਨ ਬਾਲੀਵੁੱਡ ਵਾਲੇ ਸਾਰੇ ਸੁਸਾਇਡ ਕਿਉਂ ਕਰਨ ਇਹਦਾ ਮੈਂ ਦੱਸਣਾ ਇਹ ਚਾਹੁੰਨਾ ਕਿ ਜੇ ਕੱਲਾ ਪੈਸਾ ਹੀ ਪਰਮਾਨਾ ਹੋਵੇ ਸਫਲਤਾ ਦਾ ਫਿਰ ਇਹ ਲੋਕਾਂ ਕੋਲ ਤਾਂ ਬਹੁਤ ਬਿਲਕੁਲ ਠੀਕ ਸਫਲਤਾ ਦਾ ਪਰਮਾਨਾ ਤੁਹਾਡੇ ਅੰਦਰ ਦੀ ਖੁਸ਼ੀ ਹੋਣੀ ਚਾਹੀਦੀ ਹੈ ਬਾਹਰਲੇ ਚੀਜ਼ਾਂ ਛੱਡ ਦੋ ਮੋਟੀਵੇਟਿਡ ਰਹਿਣ ਲਈ ਤੁਹਾਨੂੰ ਕਿਤਾਬਾਂ ਪੜ੍ਹਨੀਆਂ ਪੈਣੀਆਂ ਨੇ ਲਗਾਤਾਰ ਪੜ੍ਹਨੀਆਂ ਪੈਣੀਆਂ ਜਿਹੜੀਆਂ ਤੁਹਾਡੇ ਇੰਟਰਸਟ ਦੀਆਂ ਨੇ ਜਿਹੜੀਆਂ ਤੁਹਾਡੀਆਂ ਜ਼ਿੰਦਗੀ ਦੀਆਂ ਜ਼ਰੂਰਤਾਂ ਨੇ ਜਦੋਂ ਉਹਨਾਂ ਨੂੰ ਥੋੜਾ ਥੋੜਾ ਪੂਰਾ ਕਰੋਗੇ ਫਿਰ ਤੁਹਾਡੇ ਅੰਦਰ ਅਸਲ ਮੋਟੀਵੇਸ਼ਨ ਹੋਣੀ ਹੈ ਚਾਹੇ ਤੁਸੀਂ ਪਹਿਲਾ ਸਾਈਕਲ ਲਿਆ ਆਪਣੀ ਕਮਾਈ ਤੋਂ ਚਾਹੇ ਪਹਿਲਾ ਸਕੂਟਰ ਲਿਆ ਅੱਜ ਤੱਕ ਬਾਟ ਸਾਬ ਜਿਹੜੀ ਚੀਜ਼ ਦੀ ਮੈਨੂੰ ਖੁਸ਼ੀ ਆਉਏ ਇਹ ਹੈ ਜਦੋਂ ਮੈਂ 5ਵੇਂ 6ਵੇਂ ਦੇ ਵਿੱਚ ਪੱਠੇ ਵੱਢ ਕੇ ਦੋ ਤਿੰਨ ਮੱਝਾਂ ਰੱਖੀਆਂ ਹੁੰਦੀਆਂ ਸੀ 10 ਦਿਨਾਂ ਬਾਅਦ ਪੇਮੈਂਟ ਮਿਲਦੀ ਹੁੰਦੀ ਸੀ 170 ਸੀ ਉਹ ਦੁੱਧ ਦੁੱਧ ਤੋਂ ਪਾਉਂਦੇ ਸੀ ਬੜੀ ਖੁਸ਼ੀ ਹੁੰਦੀ ਜੀ ਪੂਰੀ ਐ ਗਿਣ ਕੇ ਲੈ ਕੇ ਜਾਂਦੇ ਹੁੰਦੇ ਸੀ ਯਾਰ ਇੰਨੇ ਕਿਲੋ ਦੁੱਧ ਪਿਆ ਇੰਨੇ ਬਣ ਕੇ 100 150 ਘਰੇ ਦੁੱਧ ਨਾ ਵੀ ਆਪਣੇ ਫਿਰ ਅਸੀਂ ਜਾ ਕੇ ਜਲੇਬੀਆਂ ਖਾਣੀਆਂ ਦਿਲੋਂ ਕੀ ਕਬੀਹ ਰਵੀਆਂ ਨੇ ਚਾਰ ਚੰਨ ਜਾਨਿਆ ਨੇ ਉਹ ਚੀਜ਼ਾਂ ਨੇ ਮੋਟੀਵੇਟਡ ਰੱਖਿਆ ਜੇ ਕੋਈ ਬੰਦਾ ਕਹਿ ਦੇਵੇ ਵੀ ਮੈਂ ਸ਼ੇਵ ਖੇਡੇ ਨੂੰ ਸੁਣ ਕੇ ਮੋਟੀਵੇਟ ਹੋ ਜਾਂ ਹਾਂ ਇਹ ਚੀਜ਼ਾਂ ਜਦੋਂ ਤੁਹਾਡਾ ਮੂਡ ਆਫ ਆ ਮੂਡ ਨੂੰ ਚੇਂਜ ਕਰਨ ਲਈ ਜ਼ਰੂਰੀ ਨੇ ਅੱਧਾ ਪੌਣਾ ਘੰਟਾ ਤੁਹਾਨੂੰ ਉਹ ਟਪਾ ਸਕਦੇ ਵਾਟਸਐਪ ਨੂੰ ਸੁਣ ਲਓ ਡਾਕਟਰ ਗਰਗ ਨੂੰ ਸੁਣ ਲਓ ਜਾਂ ਜਿਹੜੇ ਵੱਡੇ ਵੱਡੇ ਲੋਕ ਆਪਣੇ ਜ਼ੀਰੋ ਤੋਂ ਉੱਠ ਕੇ ਕਾਮਯਾਬ ਹੋਇਆ ਉਹ ਤੁਹਾਡਾ ਮੂਡ ਚੇਂਜ ਕਰ ਸਕਦਾ ਹੈ ਪਰ ਲਗਾਤਾਰ ਮੋਟੀਵੇਟ ਰਹਿਣ ਲਈ ਤੁਹਾਨੂੰ ਅੰਦਰੋਂ ਹੀ ਲੱਭਣਾ ਪੈਣਾ ਖਿਆਲ ਬਿਲਕੁਲ ਠੀਕ ਹੈ ਜਿਹੜੇ ਟੈਸਟ ਨੇ ਨਾ ਇਹ ਫੇਸਬੁੱਕ ਤੇ ਪੋਸਟ ਪਾ ਕੇ ਲਾਈਕ ਕਰਨ ਵਾਲੇ ਨਹੀਂ ਹੈਗੇ ਵੀ ਮੇਰੀ ਯਾਰਾ 10 ਸਕਿੰਟ ਦੀ 20 ਸਕਿੰਟ ਦੀ ਰੀਲ ਸੀ ਬੜੇ ਲੋਕਾਂ ਨੇ ਪਸੰਦ ਕਰ ਲਈ ਜਿਹੜੇ ਮੈਂ ਤੁਹਾਨੂੰ ਟਾਰਗੇਟ ਦੱਸ ਰਿਹਾ ਜਦੋਂ ਚੰਗੀ ਜਗ੍ਹਾ ਤੇ ਜਾਣਾ ਛੋਟੇ ਛੋਟੇ ਟਾਰਗੇਟ ਨੇ ਜਿਹੜੇ ਇਹ ਨਿਰੰਤਰ ਮਿਹਨਤ ਕਰਨੀ ਪੈਂਦੀ ਆ 6-7 ਮਹੀਨੇ ਤੁਹਾਨੂੰ ਜੋਰ ਲਾਉਣਾ ਪੈਣਾ ਤਾਂ ਕਿਸੇ ਮਕਾਮ ਤੇ ਪਹੁੰਚੋਗੇ ਜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੰਜੀਨੀਅਰਿੰਗ ਕਰਨੀ ਆ ਨਾ ਤਾਂ ਐਗਜ਼ਾਮ ਕਲੀਅਰ ਕਰ ਲਈ ਤੁਹਾਨੂੰ ਲਗਾਤਾਰਤਾ ਦੇ ਵਿੱਚ ਜ਼ੋਰ ਵੀ ਲਾਉਣਾ ਪੈਣਾ ਤੇ ਲਗਾਤਾਰਤਾ ਦੇ ਵਿੱਚ ਮੋਟੀਵੇਟ ਰਹਿਣ ਲਈ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਨੂੰ ਕਰਨੀਆਂ ਪੈਣੀਆਂ ਯਾਨੀ ਮੰਨ ਲਓ ਤੁਹਾਡੀ ਐਡਮਿਸ਼ਨ ਹੋ ਉਹ ਤੋਂ ਬਾਅਦ ਬਹੁਤ ਸਾਰੇ ਬੱਚੇ ਹੁੰਦੇ ਆ WhatsApp ਇੱਕ ਚੀਜ਼ ਮੈਂ ਤੁਹਾਨੂੰ ਕਲੀਅਰਲੀ ਦੱਸ ਦਿੰਨਾ ਜੇ ਤੁਸੀਂ ਭਾਰਤ ਦੇ ਵਿੱਚੋਂ ਪੈਸੇ ਕੰਨੀਆਂ ਹੋ ਥੋੜੇ-ਬਹੁਤੇ ਊਨੇ ਹੋ ਜੇ ਤੁਹਾਡੀ ਕਿਸੇ ਚੱਜ ਦੇ ਕਾਲਜ ਦੇ ਵਿੱਚ ਐਡਮਿਸ਼ਨ ਹੋ ਜਾਂਦੀ ਹੈ ਤੁਹਾਡਾ ਕੰਮ ਪੈਸੇ ਵੱਲੋਂ ਨਹੀਂ ਰੁਕਣ ਲੱਗਿਆ ਹੱਥ ਖੜਾ ਕਰਕੇ ਆਲੇ-ਦੁਆਲੇ ਆਪਣੇ ਮਿੱਤਰਾਂ ਦੋਸਤਾਂ ਤੋਂ ਹੈਲਪ ਮੰਗ ਲਿਓ ਤੁਹਾਡੀ ਫੀਸ ਪੂਰੀ ਹੋ ਜਾ ਜੀ ਕਿਉਂਕਿ ਬਹੁਤ ਲੋਕ ਕਰਦੇ ਆ ਜਿਹੜਾ ਬੰਦਾ ਮੈਂ ਤੁਹਾਡੇ ਸਾਹਮਣੇ ਬੋਲਨੇ ਮੇਰੀ ਵੀ 6 ਜਾਣੇ ਦੀ ਫੀਸ ਦਿੱਤੀ ਸੀ ਉਦੋਂ ਮੈਂ ਡਿਗਰੀ ਸਟਾਰਟ ਕੀਤੀ ਹੈ ਇਸ ਕਰਕੇ ਬਹੁਤ ਲੋਕ ਇਦਾਂ ਦੇ ਨੇ ਜਿਹੜੇ ਤੁਹਾਡੇ ਪੈਸੇ ਕੰਨੀਓ ਤੁਹਾਡੀ ਡਿਗਰੀ ਨਹੀਂ ਹੋ ਬਿਲਕੁਲ ਠੀਕ ਜਦੋਂ ਡਿਗਰੀ ਚ ਚਲੇ ਗਏ ਫਿਰ ਆਪਾਂ ਕਿਤਾਬੀ ਕੀੜੇ ਨਹੀਂ ਬਣਨਾ ਹੈਗਾ ਜਿਹੜੀ ਉਹ ਡਿਗਰੀ ਆ ਨਾ ਉਹ ਤਾਂ ਤੁਸੀਂ ਹਫ਼ਤਾ 10 ਦਿਨ ਇਗਜ਼ਾਮ ਦੇ ਮੂਰੇ ਪੜ੍ਹ ਕੇ ਵੀ ਪੇਪਰ ਕਲੀਅਰ ਕਰ ਲੈਣੇ ਫਿਰ ਆਪਣੇ ਆਪ ਨੂੰ ਕਾਬਲ ਬਣਾਉਣਾ ਜੇ ਤੁਹਾਡੇ ਕੋਲੇ ਪੈਸੇ ਨਹੀਂ ਦਿੱਕਤ ਆ ਵੱਡੇ ਸ਼ਹਿਰ ਚ ਤੁਸੀਂ ਘੰਟਾ 2 ਘੰਟੇ 4 ਘੰਟੇ ਮਕਡੋਨਲ ਤੇ ਹਫ਼ਤਾ ਜਦੋਂ ਦੋ ਤਿੰਨ ਦਿਨ ਕੰਮ ਕਰ ਲਓ ਜੀ ਕਿਸੇ ਕਾਲ ਸੈਂਟਰ ਚ ਕੰਮ ਕਰ ਲਓ ਕਿਸੇ ਨੂੰ ਹੋਮ ਟਿਊਸ਼ਨ ਦੇ ਦਿਓ ਠੀਕ ਆ ਜਦੋਂ ਐਦਾਂ ਦੀਆਂ ਚੀਜ਼ਾਂ ਕਰੋਗੇ ਨਾ ਤੁਹਾਨੂੰ ਮੋਟੀਵੇਸ਼ਨ ਮਿਲੂਗੀ ਤੁਹਾਡੇ ਕੋਲ ਆਪਣੇ ਪੈਸੇ ਹੋਣਗੇ ਤੁਹਾਨੂੰ ਘਰਦਿਆਂ ਤੋਂ ਮੰਗੜ ਦੀ ਲੋੜ ਨਹੀਂ ਪੈਣੀ ਤੇ ਇਹ ਲੋੜ ਇਹ ਜਿਹੜੀ ਚੀਜ਼ ਆ ਨਾ ਹਰ ਜਗ੍ਹਾ ਉਪਲਬਧ ਹੁਣ WhatsApp ਮੈਂ ਇੱਥੇ ਦੋ ਐਗਜ਼ਾਮਪਲਾਂ ਦੇਣੀਆਂ ਨੇ ਇੱਕ ਐਗਜ਼ਾਮਪਲ ਤਾਂ ਮੈਂ ਦੇਣੀ ਆ ਮੈਂ ਨਾਨਕੇ ਰਹਿ ਕੇ ਪੜਿਆ ਹਾਂ ਉਹ ਤੇ ਇੱਕ ਪ੍ਰਵਾਸੀ ਮਜ਼ਦੂਰ ਸਾਡੇ ਕਈ ਸਾਲਾਂ ਨੇ ਘਰੇ ਕੰਮ ਕੀਤਾ। ਉਹਦੇ ਬੇਟੇ ਨੇ ਬੀਕਾਮ ਕਰ ਲਈ ਜੱਜ ਚੰਗਾ ਅਫਸਰ ਆ ਪੰਜਾਬੀ ਬੋਲਦਾ ਨਾਲ ਵੀ ਸੰਗੀ ਲਿਖਦਾ ਫੌਜ ਦੇ ਵਿੱਚ ਬੜਾ ਤਕੜਾ ਅਫਸਰ ਆ। ਇਹ ਇੱਕ ਐਗਜ਼ਾਮਪਲ ਹੈ। ਦੂਜੀ ਐਗਜ਼ਾਮਪਲ ਇੱਕ ਪ੍ਰਵਾਸੀ ਮਜ਼ਦੂਰ ਦਾ ਬੱਚਾ ਸੈਵਨ ਇਚ ਲੈ ਕੇ ਇੱਥੇ ਨਰਸ ਬਣਿਆ ਹੋਇਆ ਮੇਰੇ ਕੋਲੇ ਆ ਪੰਜਾਬੀ ਬੋਲਦਾ। ਇੱਕ ਹੋਰ ਪ੍ਰਵਾਸੀ ਮਜ਼ਦੂਰ ਜਿਹੜਾ ਆਪਾਂ ਪ੍ਰਵਾਸੀਆਂ ਨੂੰ ਆਪਾਂ ਏਟ ਕਰੀ ਜਾਂਦੇ ਆ ਮਤਲਬ ਉਹਨਾਂ ਦੀ ਗੱਲ ਦਾ। ਸਾਡੇ ਕਾਲਜ ਪੜ੍ਹਿਆ। ਆਸਟ੍ਰੇਲੀਆ ਐਸਵੇਲੇ ਪਹੁੰਚਿਆ ਹੋਇਆ ਤੇ ਸਟਰਕਚਰਲ ਇੰਜੀਨੀਅਰ ਕੰਮ ਵੀ ਕਰ ਰਿਹਾ। ਮੇਰੇ ਪਿੱਛੇ ਭਾਈ ਜੀ ਨੇ ਉਹਨਾਂ ਨੇ ਕਿਹਾ ਸੀ ਉਹਨੂੰ ਲੋਡ ਸੀ ਮੈਂ ਅੱਜ ਕੱਲ੍ਹ ਉਹਨੂੰ ਫੋਨ ਕਰਨਾ। ਪਰ ਦੱਸਣਾ ਤੁਹਾਨੂੰ ਇਹ ਚਾਹੁੰਦਾ ਇਹ ਉਹ ਲੋਕ ਨੇ ਜਿਨ੍ਹਾਂ ਕੋਲੇ ਘਰ ਦਾ ਰੋਸ਼ਨ ਲਈ ਵੀ ਪੈਸੇ ਨਹੀਂ ਜਿੰਦੇ। ਚਮਕੌਰ ਸਾਹਿਬ ਦੇ ਨੇੜੇ ਇੱਕ ਸਕੂਲ ਆ। ਜਦੋਂ ਮੈਂ ਪਿਛਲੀ ਵਾਰੀ ਭਾਰਤ ਪੰਜਾਬ ਆਇਆ ਹੋਇਆ ਸੀ ਉੱਥੇ ਅੰਕਲ ਨੇ ਉਹਨਾਂ ਨੇ ਮੈਨੂੰ ਦੱਸਿਆ ਇੱਕ ਕੁੜੀ ਸੀ ਜਿਨ੍ਹਾਂ ਦੇ ਘਰੇ ਬੱਤੀ ਵੀ ਨਹੀਂ ਸੀਗੀ। ਜਦੋਂ ਮੈਨੂੰ ਪਤਾ ਲੱਗਿਆ ਮੈਂ ਸਾਡੇ ਮਾਮਾ ਜੀ ਨੂੰ ਫੋਨ ਮਾਰਿਆ ਕਹਿੰਦੇ ਇੱਕ ਬੱਤੀ ਵਾਲਾ ਮੀਟਰ ਤਾਂ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਸਰਕਾਰ ਫ੍ਰੀ ਹੋ ਇਲਾਜ ਦੀ ਜਾਣਨ ਕਰ ਨੂੰ ਥੋੜੇ। ਉਸ ਤੋਂ ਬਾਅਦ ਉਹ ਉਹ ਬੱਤੀ ਥੱਲੇ ਪੜਨ ਲੱਗੀ ਤਿੰਨ ਚਾਰ ਜਣਾਂ ਨੇ ਉਹਨੂੰ ਫੀਸਾ ਫੁੱਸਾ ਭਰਤੀਆਂ ਅੱਜ ਉਹ ਵੀ ਚੰਗਾ ਇੱਕ ਪ੍ਰੋਫੈਸ਼ਨਲ ਕੋਰਸ ਸ਼ਾਇਦ ਉਹ ਇੰਜੀਨੀਅਰਿੰਗ ਕਰਨ ਲੱਗੀ ਹੋਈ ਹੈ। ਆਪਾਂ ਉਹੀ ਇੱਕ ਵੀਜ਼ਾ ਨਹੀਂ ਲੱਗਿਆ ਤੇ ਸਿਰ ਸੱਟ ਕੇ ਬਹਿ ਜਾਂਦੇ ਹਾਂ ਸਣੇ ਥੋੜੇ ਵਾਪੇ। ਇਹ ਕੋਈ ਐਂਡ ਥੋੜੋ ਆਵਾਰ ਸਾ ਜੇ ਆਪਾਂ ਮੁਕਾਬਲੇ ਦੇ ਵਿੱਚ ਇੰਨਾ ਅਲਝਾਤਾ ਆਪਦੇ ਜਵਾਕ ਨੂੰ ਉਹਨੂੰ ਇਨਸਾਨ ਹੀ ਨਹੀਂ ਰਹਿਣ ਦੁੱਤਾ ਫਿਰ ਤਾਂ ਹੀ ਜਾ ਕੇ ਵੱਡੇ ਵੱਡੇ ਕਾਲਜਾਂ ਚ ਵੱਡੇ ਵੱਡੇ ਅਹੁਦਿਆਂ ਤੇ ਜਾ ਕੇ ਇਹ ਸੁਸਾਈਡ ਵਾਲੀਆਂ ਅਟੈਂਪਟਸ ਦੋ ਜੇ ਤੁਸੀਂ ਹਾਂਜੀ ਬਾਕੀ ਨਵਜੋਤਪਾਲ ਜੀ ਮੈਂ ਇੱਥੇ ਇੱਕ ਚੀਜ਼ ਜ਼ਰੂਰ ਇਹਦੇ ਵਿੱਚ ਸ਼ਾਮਿਲ ਆਪਾਂ ਜ਼ਰੂਰ ਕਰ ਲਈਏ ਕਿ ਜਦੋਂ ਬੱਚੇ ਨੂੰ ਅਸੀਂ ਕਹਿੰਨੇ ਆ ਕਿ ਪਲੱਸ 2 ਹੋ ਗਏ ਹੁਣ ਤੂੰ ਕਲਾ ਆਇਲਸ ਕਰਨਾ ਹੈ ਤੂੰ ਜਿਹੜੇ ਵੀ ਐਗਜ਼ਾਮ ਹੋਰ ਹੁੰਦੇ ਇੰਗਲਿਸ਼ ਦੇ ਉਹ ਦੇਣੇ ਆ ਪਰ ਉਹਨੂੰ ਇਹ ਨਾਮ ਆਖੋ ਉਹਦੇ ਦਿਮਾਗ ਦੇ ਵਿੱਚ ਇਹ ਨਾ ਪਾ ਦਿਓ ਕਿ ਪਾਈ ਇਹ ਇੱਕੋ ਇੱਕ ਰਾਹ ਆ ਕਿਉਂਕਿ ਬੱਚਾ ਆਪਣੇ ਆਪ ਕੁਝ ਨਹੀਂ ਹੁੰਦਾ ਜਦੋਂ ਅਸੀਂ ਉਹਨੂੰ ਇੱਕ ਰਾਹ ਦੇ ਉੱਤੇ ਪਾ ਦਿੰਦੇ ਹਾਂ ਕਿ ਪਾਈ ਉਹ ਵੀ ਚਲਾ ਗਿਆ ਉਹ ਵੀ ਚਲੇਗੀ ਤੇਰੀ ਭੂਆ ਦਾ ਮੁੰਡਾ ਵੀ ਚਲੇ ਗਿਆ ਮਾਸੀ ਦੀ ਕੁੜੀ ਵੀ ਚਲੇਗੀ ਹੁਣ ਤੂੰ ਵੀ ਚਲੇ ਜਾਣਾ ਇੱਥੇ ਤਾਂ ਪੁੱਤ ਇੱਥੇ ਤਾਂ ਤੇ ਇਹ ਹੈ ਹੀ ਕੁਝ ਨਹੀਂ ਇਸ ਗੱਲ ਨੂੰ ਆਪਣੀ ਜੀਭ ਹਲਾਉਣੀ ਅਸੀਂ ਬੰਦ ਕਰੀਏ ਜੇ ਅਸੀਂ ਇਹ ਗੱਲਾਂ ਉਹਦੇ ਦਿਮਾਗ ਦੇ ਵਿੱਚ ਨਹੀਂ ਪਾਵਾਂਗੇ ਤਾਂ ਉਹਨੂੰ ਸਿਰਫ ਉਹ ਇੱਕ ਰਾਹ ਲੱਗੂਗਾ ਜਿੱਦਾਂ ਬਾਕੀ ਰਾਹ ਨਹੀਂ ਤਾਂ ਫਿਰ ਉਹ ਵਾਪਸੀ ਉੱਥੋਂ ਮੁੜ ਕੇ ਜੇ ਇਸ ਅਸਫਲ ਵੀ ਹੋ ਜੂ ਹੋਰ ਪਾਸੇ ਤੁਰਪੂ ਐਸੇ ਤੇ ਛੱਡਦੇ ਨਹੀਂ ਉਹਨੂੰ ਕਿਸੇ ਬਸ ਜੋਗਾ ਬਾੜਾ ਸਾਹਿਬ ਇੱਥੇ ਆਉਣ ਲੱਗਿਆ ਸੀ ਜੀ ਅੰਡਾ ਵਾਲਾ ਜਿਹੜਾ ਹੁਣ ਆਪਾਂ ਪ੍ਰੋਗਰਾਮ ਦੇ ਅੰਤ ਦੇ ਵਿੱਚ ਆ ਗਏ ਮੈਂ ਇੱਥੇ ਆਉਣ ਲੱਗਿਆ ਸੀ ਤੁਸੀਂ ਉਹਨੂੰ ਤਿਆਰੀ ਕਰਵਾ ਦਿਓ ਪਰ ਜਿਹੜਾ ਦਾ ਨਾਰਮਲ ਪੈਟਰਨ ਚੱਲ ਰਿਹਾ ਭਾਰਤ ਵਾਲਾ ਉਹ ਤਾਂ ਚਾਲੂ ਰੱਖੋ ਇੰਗਲਿਸ਼ ਦਾ ਟੈਸਟ ਕੋਈ ਡਿਗਰੀ ਨਹੀਂ ਹੈਗੀ ਜੇ ਤੁਹਾਡਾ ਬੱਚਾ 11ਵੀਂ 12ਵੀਂ ਚੰਗਾ ਪੜ੍ਹ ਲਿਆ ਅੰਗਰੇਜ਼ੀ ਦਾ ਤਾਂ ਸਫਤਾ ਤਿਆਰੀ ਕਰਕੇ ਦਿਆ ਬੰਦੇ ਜਿੰਨਾ ਸਕੋਰ ਆ ਉਹ ਆ ਜਿੰਨਾ ਚਾਹੀਦਾ ਇਹਦਾ ਮਤਲਬ ਅੰਗਰੇਜ਼ੀ ਦੇ ਟੈਸਟ ਲਈ ਤਾਂ 7 ਦਿਨ ਚਾਹੀਦੇ ਜੋ ਆਖਦੇ ਪਰ ਅਸੀਂ ਮਗਰਲਾ ਬੈਕਅਪ ਸਾਰਾ ਨਾ ਤਾਂ ਉਹਦਾ ਕੋਈ ਇੰਟਰੈਂਸ ਦੀ ਤਿਆਰੀ ਲਈ ਜ਼ੋਰ ਦਿੱਤਾ ਜਾਂਦਾ ਨਾ ਉਹਨੂੰ ਦੱਸਿਆ ਜਾਂਦਾ ਪੁੱਛਿਆ ਜਾਂਦਾ ਵੀ ਤੂੰ ਕਰਨਾ ਕੀ ਆ ਜੇ WhatsApp ਇਦਾਂ ਕਰਕੇ ਬੱਚੇ ਨੂੰ ਆਪਾਂ ਜ਼ੋਰ ਪਾ ਕੇ ਉਹਨੂੰ ਇੱਕੋ ਹੀ ਆਪਸ਼ਨ ਦੇ ਦਿੱਤੀ ਵੀ ਬਾਹਰ ਜਾ ਕੇ ਤੇਰਾ ਕੁਝ ਬਣਨਾ ਨਹੀਂ ਨਹੀਂ ਬਣਨਾ ਚਾਂਸ ਇੱਥੇ ਆ ਕੇ ਵੀ ਭਟਕਣ ਦੇ ਬਚ ਜਾਂਦੇ ਆ ਕਿਉਂਕਿ ਉਹਨੂੰ ਫੇਲ ਹੋਣਾ ਤਾਂ ਸਿਖਾਇਆ ਹੀ ਨਹੀਂ ਆਪਾਂ ਝਟਕੇ ਤਾਂ ਜ਼ਿੰਦਗੀ ਚ ਲੱਗੇ ਹੀ ਨਹੀਂ ਜਿੰਨਾ ਚਿਰ ਝਟਕੇ ਨਹੀਂ ਲੱਗਦੇ ਬੰਦਾ ਕਾਮਯਾਬ ਨਹੀਂ ਉਹ ਤਾਂ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਚੱਲਦਾ ਜੀ ਰਾਜਸਥਾਨ ਭਾਰਤ ਦਾ ਇੱਕ ਬਹੁਤ ਵੱਡਾ ਸੂਬਾ ਉਹਦੇ ਵਿੱਚ ਇੱਕ ਹਿੱਸਾ ਉਹ ਆ ਜਿੱਥੇ ਚੰਗੀ ਪੁਲਿਸ بارش ਵੀ ਹੁੰਦੀ ਆ ਮੀਂਹ ਵੀ ਪੈਂਦਾ ਖੇਤੀ ਵੀ ਹੁੰਦੀ ਆ ਮਾਊਂਟ ਆਬੂ ਪਹਾੜ ਵੀ ਹੈਗੇ ਨੇ ਇੱਕ ਹਿੱਸਾ ਉਹ ਜੋਧਪੁਰ ਦੇ ਨੇੜੇ ਤੇੜੇ ਜਿੱਥੇ ਸੋਕਾ ਪਿਆ ਰਹਿੰਦਾ ਮਾਰੂਥਰ ਜੀ ਸਦੀਆਂ ਪਹਿਲਾਂ ਉੱਥੋਂ ਦੇ ਲੋਕਾਂ ਨੇ ਦੇਖਿਆ ਵੀਰ ਸਾਡੇ ਕੋਲ ਤਾਂ ਖਾਣ ਲਈ ਦਾਣੇ ਵੀ ਨਹੀਂ ਹੈਗੇ ਕੀ ਕਰੀਏ ਪਰ ਉਹਨਾਂ ਦੇ ਟੱਬਰ ਦੇ ਇੱਕ ਇੱਕ ਜੀ ਨੇ ਨਾ ਬਾਹਰ ਨਿਕਲਣਾ ਸਟਾਰਟ ਕੀਤਾ ਬਾਹਰ ਆਪਦੇ ਕੰਫਰਟ ਜੋਂ ਤੋਂ ਬਾਹਰ ਜਾ ਕੇ ਤਿਆਰੀਆਂ ਕੀਤੀਆਂ ਕੰਮ ਕਰਨੇ ਸਟਾਰਟ ਕੀਤੇ ਉਹ ਜਿਹੜੀ ਕੌਮ ਆ ਉਹਨੂੰ ਮਾਰਵਾੜੀ ਕੌਮ ਕਹਿੰਦੇ ਆ ਭਾਰਤ ਦੇ ਵੱਡੇ ਤੋਂ ਵੱਡੇ ਟਾਈਕੂਨ ਨੇ ਜਿਹੜੇ ਬਿਜ਼ਨਸ ਤੇ ਉਹ ਉੱਥੋਂ ਆਏ ਨੇ ਦੱਸਣਾ ਮੈਂ ਇਹ ਚਾਹਨਾ ਜਿਹੜੇ ਮਾੜੇ ਹਾਲਾਤਾਂ ਵਾਲੇ ਨੇ ਉਹਨਾਂ ਦੇ ਕਾਮਯਾਬ ਹੋਣ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਆ ਬਿਲਕੁਲ ਹੁਣ ਪਿੱਛੇ ਜੇ ਆਪਾਂ ਉਹ ਮੁੰਡੇ ਦੀ ਗੱਲ ਕਰਕੇ ਸੀ ਜਿਹੜਾ ਜਿਸ ਕਾਰਨ ਸੀਗਾ ਮੈਨੂੰ ਬੜੀ ਖੁਸ਼ੀ ਆ ਚੈਨਲ ਵਾਲਿਆਂ ਨੇ ਉਹਨੂੰ ਘੇਰਾ ਨਹੀਂ ਪਾਇਆ ਵਾਲਾ ਦਾ ਉਹਦਾ ਦਿਮਾਗ ਖਰਾਬ ਜਾ ਉਹਨੇ ਆਪ ਕਵਰ ਕਰ ਲਿਆ ਮੈਂ ਇੰਟਰਵਿਊ ਨਹੀਂ ਦੇਣੀ ਹੋ ਸਕਦਾ ਜਿਹੜੇ ਟਾਰਗੇਟ ਤੇ ਲੱਗਿਆ ਹੋਇਆ ਉਹਦਾ ਟਾਰਗੇਟ ਪੂਰਾ ਕਰ ਲਵੇ ਹੁਣ ਪਿਛਲੇ ਹਫਤੇ ਦੀ ਗੱਲ ਦੱਸਦਾ WhatsApp ਇੱਕ ਲੜਕੀ ਨਾਲ ਮੇਰੀ ਗੱਲ ਮੈਂ ਕਿਹਾ ਪੁੱਤਰ ਵੀ ਤੇਰਾ ਇਰਾਦਾ ਕੀ ਹੈ ਤੂੰ ਕਰਨਾ ਕੀ ਚਾਹੁੰਦੀ ਹੈ ਜ਼ਿੰਦਗੀ ਚ ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ ਸੀ ਮੈਂ ਕਿਹਾ ਬਹੁਤ ਕੁਝ ਹੋਰ ਕੀਤਾ ਜਾ ਸਕਦਾ ਕਹਿੰਦੇ ਜੀ ਮੈਂ ਸਿਵਲ ਸਰਵਿਸ ਦੀ ਤਿਆਰੀ ਕਰਦੀ ਹਾਂ ਪਰ ਘਰ ਦੇ ਮੈਨੂੰ ਕਹਿੰਦੇ ਨੇ ਵੀ ਮੈਂ ਲਾ ਕੁ ਕੀਤੀ ਸੀ ਵੀ ਜੱਜ ਬਣ ਜੁਡੀਸ਼ੀਅਲੀ ਦੀ ਤਿਆਰੀ ਕਰ ਮੈਂ ਕਿਹਾ ਵੀ ਕਿੰਨੇ ਕ ਪਰਸੈਂਟ ਚਾਂਸ ਨੇ ਵੀ ਤੂੰ ਉਹ ਕਲੀਅਰ ਕਰ ਲਈ ਕਹਿੰਦੇ 65 70 ਪਰਸੈਂਟ ਚਾਂਸ ਹੈਗੇ ਜੀ ਮੈਨੂੰ ਲੱਗਦਾ ਹੈ ਕਲੀਅਰ ਪਰ ਮੈਨੂੰ ਇੱਕ ਕੁਐਸਚਨ ਪੁੱਛਿਆ ਮੈਂ ਕਿਹਾ ਤੂੰ ਆਪਦੀ ਕਲਾਸ ਦੇ ਵਿੱਚ ਪਹਿਲੇ 1 2 ਪਰਸੈਂਟ ਚ ਆਉਂਦੀ ਸੀ ਕਹਿੰਦੇ ਨਹੀਂ ਜੀ ਐਵਰੇਜ ਹੀ ਸੀ ਮੈਂ ਕਿਹਾ ਬੜੀ ਚੰਗੀ ਗੱਲ ਹੈ ਕੋਈ ਇਹਦੇ ਵਿੱਚ ਮਾੜੀ ਗੱਲ ਨਹੀਂ ਮੈਂ ਕਹਾਂ ਜਿਹੜਾ ਤੇਰਾ ਟਾਰਗੇਟ ਆ ਨਾ ਅਸਲ ਦੇ ਨੇੜੇ ਹੋਣਾ ਚਾਹੀਦਾ ਮੈਂ ਕਹਾਂ ਕਿੰਨੇ ਲੋਕ ਆਈਐਸ ਦਾ ਐਗਜ਼ਾਮ ਦਿੰਦੇ ਆ ਕਹਿੰਦੇ 10 ਲੱਖ ਮੈਂ ਕਹਾਂ 10 ਲੱਖ ਦੇ ਵਿੱਚੋਂ ਮੰਨ ਲੈਂਦੇ ਆ ਵੀ 1 ਲੱਖ ਤਾਂ ਤੇਰੇ ਵਾਂਗੂ ਸੀਰੀਅਸ ਹੋਣਗੇ ਨਾ ਜਿਨ੍ਹਾਂ ਨੇ ਤਿਆਰੀ ਕਰਨੀ ਕਹਿੰਦੀ ਹਾਂਜੀ ਮੈਂ ਕਹਾਂ ਉਹਦੇ ਵਿੱਚੋਂ ਪੋਸਟਾਂ ਤਾਂ 800 900 ਹੀ ਹੁੰਦੀਆਂ ਨੇ ਤਾਂ ਮਤਲਬ ਚਾਂਸਸ ਤਾਂ ਆਪਣੇ ਉੱਤੇ ਕਾਮਯਾਬ ਹੋਣ ਦਾ 1% ਤੋਂ ਵੀ ਘੱਟ ਹੈ ਇਸ ਕਰਕੇ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਵੀ ਆਪਾਂ ਜਿਹੜੀ ਚੀਜ਼ ਲਈ ਜਾ ਰਹੇ ਹਾਂ ਅਸਲ ਦੇ ਵਿੱਚ ਉੱਥੇ ਪਰਸੈਂਟੇਜ ਕਿੰਨੀ ਆ ਜੇ ਫੇਲ ਹੋ ਗਏ ਤਾਂ ਮਿਊਜ਼ ਨਹੀਂ ਬਿਲਕੁਲ ਠੀਕ ਹੈ ਤਿਆਰੀ ਠੋਕ ਕੇ ਕਰਨੀ ਆ ਤਰੀਕੇ ਹੋਰ ਵੀ ਨੇ ਹੁਣ ਸਾਡਾ ਕੰਮ ਤਾਂ ਵੀਜ਼ੇ ਲਵਾਉਣਾ ਮੇਰਾ ਐਕਸਾਈਟ ਤੇ ਕੰਮ ਆਸ ਤੇ ਲੋਕਾਂ ਦੇ ਵੀਜ਼ੇ ਲਵਾਉਂਦੇ ਆ ਠੀਕ ਹੈ ਪਰ ਇਹਦਾ ਮਤਲਬ ਇਹ ਥੋੜਾ ਆ ਵੀ ਜੇ ਤੁਸੀਂ ਸਾਡੇ ਕੋਲੇ ਆ ਗਏ ਤੁਹਾਡਾ ਵੀਜ਼ਾ ਨਹੀਂ ਲੱਗਿਆ ਜਾਂ ਕਿਸੇ ਹੋਰ ਕੋਲੇ ਚਲੇਗਾ ਤਾਂ ਤੁਹਾਡੀ ਜ਼ਿੰਦਗੀ ਦੇ ਰਾਹ ਬੰਦ ਹੋ ਗਏ ਜੁਆਕਾਂ ਨੂੰ ਤੁਸੀਂ ਮੈਨੂੰ ਫੇਰ ਕੁਐਸਚਨ ਜ਼ਿਆਦਾਤਰ WhatsApp ਇਹ ਆਉਂਦਾ ਇਹਦਾ ਗੈਪ ਪੂਰਾ ਕਰਨ ਲਈ ਆ ਇੱਕ ਡਿਪਲੋਮਾ ਕਰਾ ਦਈਏ ਇਹਨੂੰ ਫਲਾਨੇ ਆ ਕਾਲਜ ਦੇ ਵਿੱਚ ਡੰਮੀ ਐਡਮਿਸ਼ਨ ਕਰਾ ਦਈਏ ਜੀ ਇਹ ਈ ਡਾਂਟ ਉਹਨਾਂ ਤੱਕ ਰਹੀਆਂ ਨੇ ਉਸ ਚੀਜ਼ ਨਾਲ ਵੱਲ ਜਿੱਥੇ ਤੁਹਾਡਾ ਸਮਾਂ ਵੀ ਖਰਾਬ ਹੋਣਾ ਤੇ ਨਾਲ ਪੈਸੇ ਵੀ ਖਰਾਬ ਹੋਣੇ ਆ 3-4 ਸਾਲ ਬਾਅਦ ਬੈਕ ਟੂ ਸਕੁਅਰ 1 ਆ ਜਾਣਾ ਫਿਰ ਆਪਾਂ ਕਰਨ ਜੋਗੇ ਵੀ ਕੁਛ ਨਹੀਂ ਬਿਲਕੁਲ ਠੀਕ ਹੈ ਜੀ ਫਿਰ ਆਪਾਂ ਆਇਲਟਸ ਦਾ ਸਰਟੀਫਿਕੇਟ ਵਾਲੀਆਂ ਕੁੜੀਆਂ ਲੱਭਣ ਲੱਗ ਜਾਂਦੇ ਆ ਸੌਰੀ ਦੁੱਖ ਲੱਗੂਗਾ ਤਾਂ ਇਸ ਗੱਲ ਦਾ ਬਿਲਕੁਲ ਠੀਕ ਹੈ ਅੱਜ ਕੱਲ ਤਾਂ ਨਵਜੋਤ ਨਵਜੋਤ ਪਾ ਜੀ ਆਇਲਟਸ ਸਰਟੀਫਿਕੇਟ ਨਾਲ ਵਿਆਹ ਕਰ ਲਾ ਕੇ ਆਖਰੀ ਅੱਧਾ ਮਿੰਟ ਆਪਣੇ ਕੋਲੇ ਬਚਿਆ ਹੁਣ ਸਮ ਅਪ ਕਰਨਾ ਜੀ ਆਪਾਂ ਪਲੀਜ਼ ਹਾਂਜੀ ਬਾਟ ਸਾਹਿਬ ਮੈਂ ਕਹਿਣਾ ਇਹੀ ਚਾਹੁੰਦਾ ਸੀ ਵੀ ਐਦਾਂ ਦੀ ਪੋਜੀਸ਼ਨ ਤੇ ਨਾ ਚਲੇ ਜਾਇਓ ਬਾਅਦ ਚ ਤੁਹਾਨੂੰ ਇੱਕ ਕੋਈ ਕਰਾ ਲੱਭੇ ਵਿਆਹ ਕਰਾ ਕੇ ਅਨਲ ਬਾਰ ਜਾਂ ਠੀਕ ਹੈ ਜੀ ਇਹਨੂੰ ਬਚਣ ਦੇ ਲਈ ਆਪ ਕਾਬਲ ਹੋਵੋ ਜੇ ਇੱਕ ਵਾਰੀ ਵੀਜ਼ਾ ਰਿਫਿਊਜ਼ ਹੋ ਗਿਆ ਜਾਂ ਕਿਸੇ ਇੰਟਰਸਟ ਰੈਸ ਦੇ ਵਿੱਚ ਐਡਮਿਸ਼ਨ ਨਹੀਂ ਹੋਈ ਜਾਂ ਨੰਬਰ ਘਟਾ ਗਏ ਤੁਹਾਡੇ ਰਾਹ ਨਹੀਂ ਬੰਦ ਹੋਣ ਲੱਗੇ ਸਿਰਫ ਚੜ੍ਹਦੀਕ ਲੱਗ ਜੇ ਨਵਜੋਤ ਭਾਜੀ ਤਿੰਨ ਚਾਰ ਚੀਜ਼ਾਂ ਜਿਹੜੀਆਂ ਨਿਕਲ ਕੇ ਨਿਚੋੜ ਦੇ ਰੂਪ ਦੇ ਵਿੱਚ ਸਾਹਮਣੇ ਆਈਆਂ ਮੈਂ ਫੇਰ ਇੱਕ ਵਾਰੀ ਦੁਹਰਾ ਦਿੰਨਾ ਕਿ ਪਹਿਲੀ ਗੱਲ ਹੈ ਕਿ ਆਪਦੇ ਬੱਚੇ ਦੇ ਦਿਮਾਗ ਦੇ ਵਿੱਚ ਇਹ ਨਾ ਪਾਓ ਕਿਰਪਾ ਕਰਕੇ ਮਾਤਾ ਪਿਤਾ ਦਾਦਾ ਦਾਦੀ ਨਾਨਾ ਨਾਨੀ ਮਾਮਾ ਮਾਮੀ ਚਾਚੇ ਤਾਏ ਕਿ ਵਿਦੇਸ਼ ਜਾਣਾ ਹੀ ਇੱਕੋ ਇੱਕ ਰਸਤਾ ਹਾਂ ਜੇ ਤੁਸੀਂ ਭੇਜਣਾ ਚਾਹੁੰਦੇ ਹੋ ਤੁਹਾਡਾ ਬੱਚਾ ਜਾਣਾ ਚਾਹੁੰਦਾ ਉਹਨੂੰ ਤਿਆਰੀ ਕਰਾਓ ਤੋਰੋ ਪਰ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਨਾ ਪਾਓ ਕਿ ਜੇ ਕਿਤੇ ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਜ਼ਿੰਦਗੀ ਖਤਮ ਹੋ ਗਈ ਇਹ ਨਾ ਹੋਵੇ ਨਸ਼ੇ ਪੱਤੇ ਵਾਲ ਚਲੇ ਜਾਏ ਇਹ ਨਾ ਹੋਵੇ ਡਿਪਰੈਸ਼ਨ ਚ ਚਲੇ ਜਾਏ ਇਹ ਨਾ ਹੋਵੇ ਕਿ ਮੁੜ ਕੇ ਹੋਰ ਪੜਨ ਜੋਗਾ ਨਾ ਰਹੇ ਤੇ ਦੂਸਰਾ ਜੇ ਰਿਫਿਊਜ਼ ਹੋ ਜਾਂਦਾ ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਵਧੀਆ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਰਹਿ ਕੇ ਪੜ੍ਹਾਈ ਕਰੋ ਪੜ੍ਹਾਈ ਕਰਕੇ ਚੰਗੀ ਨੌਕਰੀ ਤੇ ਲੱਗੋ ਬਹੁਤ ਸਾਰੇ ਰਾਹ ਦੁਬਾਰਾ ਫੇਰ ਖੁੱਲਦੇ ਆ ਜਿੰਦਗੀ ਬਰਬਾਦ ਨਹੀਂ ਕਰਨੀ ਅੱਜ ਝਟਕਾ ਲੱਗਿਆ ਇੱਕ ਦਿਨ ਸੋਚ ਵਿਚਾਰ ਕੇ ਨਵਾਂ ਟਾਰਗੇਟ ਸੈੱਟ ਕਰਕੇ ਆਪਣੀ ਰੁਚੀ ਦੇ ਮੁਤਾਬਕ ਉਧਰਲੇ ਪਾਸੇ ਨੂੰ ਵਧੋ ਜ਼ਿੰਦਗੀ ਬੜੀ ਵਿਸ਼ਾਲ ਹੈ ਰੰਗ ਬਰੰਗੀ ਹੈ ਤੇ ਇਹਨੂੰ ਮਾਣੋ ਇਹਨੂੰ ਕਟੋ ਨਾ ਠੀਕ ਹੈ ਨਵਜੋਤ ਪਾਜੀ ਬਿਲਕੁਲ ਜੀ ਤੇ ਕੰਪੀਟੀਸ਼ਨ ਅਸਾਰੂ ਹੋਣਾ ਚਾਹੀਦਾ ਜੈਲਸੀ ਵਾਲਾ ਨਹੀਂ ਹੋਣਾ ਚਾਹੀਦਾ ਬਹੁਤ ਸ਼ੁਕਰੀਆ ਜੀ ਮਿਹਰਬਾਨ ਬਹੁਤ ਬਹੁਤ ਧੰਨਵਾਦ। ਸੋ ਨਵਜੋਤ ਸਿੰਘ ਕੈਲੇ ਸਾਹਿਬ ਦੇ ਨਾਲ ਪ੍ਰੋਗਰਾਮ ਪ੍ਰਾਈਮ ਪ੍ਰਵਾਸ ਗੱਲ ਤੇ ਹਾਲ ਵਿੱਚ ਚਰਚਾ ਹੋਈ ਵਖਰਾ ਜਾਂ ਵਿਸ਼ਾਸੀ ਕਿਉਂਕਿ ਵਿਦੇਸ਼ਾਂ 'ਚ ਥੋੜੇ ਅਪੜਦੇ ਆ ਰਿਫਿਊਜ਼ ਬਹੁਤੇ ਹੁੰਦੇ ਆ। ਵਿਦੇਸ਼ਾਂ 'ਚ ਥੋੜੇ ਅਪੜਦੇ ਆ। ਆਲ ਸਾਰਿਆਂ ਤੋਂ ਨਹੀਂ ਹੁੰਦਾ। ਉਹ ਇੱਕ ਬਹੁਤ ਵੱਡੀ ਗਿਣਤੀ ਹੈ ਤੇ ਉਹ ਵੱਡੀ ਗਿਣਤੀ ਦੇ ਰਾਸ਼ਾ 'ਚ ਨਾ ਜਾਵੇ ਉਸ ਵੱਡੀ ਗਿਣਤੀ ਨੂੰ ਇਹ ਨਾ ਲੱਗੇ ਕਿ ਪਾਈ ਰਸਤਾ ਹੀ ਖਤਮ ਹੋ ਗਿਆ। ਇਸ ਦੇ ਉੱਤੇ ਸਾਡਾ ਅੱਜ ਦਾ ਜਿਹੜਾ ਉਪਰੋਗ੍ਰਾਮ ਨਿਰਪਰ ਸੀ ਅਸੀਂ ਤੁਹਾਡੇ ਸੁਝਾਅ ਤੁਹਾਡੀਆਂ ਟਿੱਪਣੀਆਂ ਸਹਿਮਤੀ ਤੇ ਅਸਹਿਮਤੀ ਹਰ ਤਰ੍ਹਾਂ ਦੇ ਸੁਝਾਵਾਂ ਦੀ ਜਿਹੜੀ ਉਡੀਕ ਕਰਾਂਗੇ ਪ੍ਰੋਗਰਾਮ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਕਰ ਦਿਓ ਇੱਥੇ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਦੇ ਆ ਗਿਆ ਦੇਖ ਲੈਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ